ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਪਹਿਲਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਰਹਿਰਾਸ ਸਾਹਿਬ। ਅਸੀਂ ਸਿਲੇਬਸ ਦੇ ਵਿੱਚ ਇਹ ਟ੍ਰੈਜ਼ਰ ਆਫ ਬੋਥ ਵਰਡਸ ਰਹਿਰਾਸ ਸਾਹਿਬ, ਦੋਨਾਂ ਜਹਾਨਾਂ ਦੀ ਪੂੰਜੀ ਰਹਿਰਾਸ ਸਾਹਿਬ, ਬੜੀ ਮਹੱਤਵਪੂਰਨ ਬਾਣੀ ਹੈ ਔਰ ਇਹ ਬਾਣੀ ਬਹੁਤ ਪੜ੍ਹੀ ਜਾਂਦੀ ਹੈ। ਰਹਿਰਾਸ ਦੇ ਜੇ ਡਿਕਸ਼ਨਰੀ ਦੇ ਅਰਥ ਦੇਖੀਏ, ਸ਼ਬਦ ਕੋਸ਼ ਦੇ ਅਰਥ, ਤਾਂ ਇਹਦੇ ਅਰਥ ਰੋਹ, ਰੀਤੀ, ਮਰਿਆਦਾ, ਬੇਨਤੀ ਆਦਿ ਕੀਤੇ ਗਏ ਨੇ। ਫਾਰਸੀ ਵਿੱਚ ਰਹਿਰਾਸ ਦਾ ਅਰਥ ਹੈ ਸਿੱਧਾ ਰਸਤਾ, ਉਹ ਰਾਹ ਜੋ ਰਾਸ ਆਵੇ। ਔਰ ਗੁਰਬਾਣੀ ਵਿੱਚ ਔਰ ਭਾਈ ਗੁਰਦਾਸ ਜੀ ਨੇ ਵੀ ਰਹਿਰਾਸ ਇਹਨਾਂ ਸਾਰਿਆਂ ਅਰਥਿਆਂ ਵਿੱਚ ਵਰਤਿਆ। ਜਿੱਥੇ ਜਿੱਥੇ ਬਾਣੀ ਵਿੱਚ ਰਹਿਰਾਸ ਸ਼ਬਦ ਆਉਂਦਾ ਜਾਂ ਭਾਈ ਗੁਰਦਾਸ ਜੀ ਨੇ ਰਹਿਰਾਸ ਸ਼ਬਦ ਯੂਜ਼ ਕੀਤਾ, ਇਹ ਸਾਰਿਆਂ 'ਚ ਅਲੱਗ ਅਲੱਗ ਅਰਥ ਨੇ ਉਹਦੇ ਵਿੱਚ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਦੀ ਬਾਣੀ ਹੈ ਔਰ ਉਸ ਵਿੱਚ ਆਉਂਦਾ ਕਿ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ, ਤਿਸ ਆਗੇ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੇ। ਹੁਣ ਇੱਥੇ ਬੇਨਤੀ ਦੇ ਅਰਥ ਵਿੱਚ ਇੱਥੇ ਰਹਿਰਾਸ ਸਾਹਿਬ ਆਈ ਹੈ। ਗੁਰੂ ਰਾਮਦਾਸ ਸਾਹਿਬ ਦਾ ਇੱਕ ਸ਼ਬਦ ਹੈ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ। ਇਹ ਹੁਣ ਰੋਹ ਰੀਤੀ ਦੇ ਮਤਲਬ ਵਿੱਚ ਅਰਥਾਂ ਵਿੱਚ ਆਈ ਹੈ। ਹਰੀ ਦੀ ਕੀਰਤੀ ਗਾਉਣਾ ਜਾਂ ਹਰੀ ਜਸ ਗਾਉਣਾ ਹੀ ਸਾਡੀ ਰੋਹ ਰੀਤੀ ਹੈ, ਸਾਡੀ ਮਰਿਆਦਾ ਹੈ। ਤੋ ਫਾਰਸੀ ਵਾਲੇ ਅਰਥ ਵੀ ਹਰੀ ਕੀਰਤ ਗਾਉਣਾ ਹੀ, ਫਾਰਸੀ ਵਾਲੇ ਅਰਥ ਵੀ ਇਹਦੇ ਵਿੱਚ ਆ ਜਾਂਦੇ ਨੇ। ਬਹਿਰਾਲ ਰਹਿਰਾਸ ਸਾਹਿਬ ਦੀ ਬਾਣੀ ਨਿਤਨੇਮ ਦੀ ਬਾਣੀਆਂ ਵਿੱਚੋਂ ਇੱਕ ਬਾਣੀ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਇਸ ਬਾਣੀ ਦਾ ਪੜ੍ਹਨ ਦਾ ਜਿਹੜਾ ਸਮਾਂ ਉਹ ਸ਼ਾਮ ਵੇਲੇ ਸੂਰਜ ਡੁੱਬਣ 'ਤੇ ਨਿਯਤ ਹੋਇਆ ਹੈ। ਔਰ ਇਸ ਬਾਣੀ ਦਾ ਨਾਮ ਰਹਿਰਾਸ ਕਿਵੇਂ ਪ੍ਰਚਲਿਤ ਹੋਇਆ ਇਸ ਬਾਰੇ ਕੋਈ ਪੱਕਾ ਪ੍ਰਮਾਣ ਨਹੀਂ ਹੈ, ਬਸ ਸਿਵਾਏ ਇਸ ਦੇ ਕਿ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿਰਾਸ। ਹੁਣ ਰਹਿਰਾਸ ਦੇ ਆਕਾਰ ਸੰਬੰਧੀ ਵੀ ਬੜੇ ਸਾਡੇ ਆਮ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ ਕਈ ਅਲੱਗ ਅਲੱਗ ਧਾਰਨਾਵਾਂ ਨੇ, ਪਰ ਸ਼੍ਰੋਮਣੀ ਕਮੇਟੀ ਨੇ ਜਿਹੜੀ ਰਹਿਰਾਸ ਸਾਹਿਬ ਦਾ ਜਿਹੜਾ ਪੂਰਾ ਨਿਯਤ ਕੀਤਾ ਹੈ, ਉਸਦਾ ਪੂਰਾ ਜੋ ਮਰਿਆਦਾ ਜਿਹੜੀ ਹੈ ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ 9 ਸ਼ਬਦ ਹਨ ਰਹਿਰਾਸ ਸਾਹਿਬ ਵਿੱਚ। ਪਹਿਲੇ ਸ਼ਬਦਾਂ ਦੇ ਸਿਰਲੇਖ ਸੋਧਰ ਹੈ, ਫਿਰ ਅਗਲਿਆਂ ਵਿੱਚ 4 ਸ਼ਬਦ ਜਿਹੜੇ ਨੇ ਉਹ ਸੋ ਪੁਰਖ, ਔਰ ਫਿਰ ਉਸ ਤੋਂ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਹੈ ਉਹਨਾਂ ਵਿੱਚ ਉਸ ਵਿੱਚ ਜੋ ਹੈ ਇਹਨਾਂ 9 ਸ਼ਬਦਾਂ ਦੇ ਨਾਲ ਕਬਿਓ ਬਾਚ ਬੇਨਤੀ ਚੁਪਈ ਜਿਹੜੀ ਹਮਰੀ ਕਰੋ ਹੱਥ ਦੇ ਰੱਛਾ, ਔਰ ਉਸ ਤੋਂ ਬਾਅਦ ਸਵਈਆ ਪਾਏ ਗਏ ਜਬ ਤੇ ਤੁਮਰੇ, ਔਰ ਫਿਰ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਅਤੇ ਇਸ ਤੋਂ ਉਪਰੰਤ ਆਨੰਦ ਸਾਹਿਬ ਦੀਆਂ ਪਹਿਲੀਆਂ 5 ਅਤੇ ਅੰਤਲੀ ਪੌੜੀ, ਔਰ ਫਿਰ ਉਸ ਤੋਂ ਬਾਅਦ ਮੁਦਾਮਨੀ ਮਹੱਲਾ 5ਵਾਂ ਅਤੇ ਸਲੋਕ ਮਹੱਲਾ 5ਵਾਂ 13 ਕੀਤਾ ਜਾਤੋ ਨਾਈ। ਇਹ ਇੱਕ ਮਰਿਆਦਾ ਬਣਾਈ ਹੈ। ਆਮ ਤੌਰ 'ਤੇ ਸਾਨੂੰ ਰਹਿਰਾਸ ਸਾਹਿਬ ਬੜੇ ਗੁਟਕਿਆਂ ਵਿੱਚ ਇਹ ਜਿਹੜਾ ਫਰੇਮਵਰਕ ਮੈਂ ਦੱਸਿਆ ਇਸ ਤੋਂ ਕੁਛ ਅਲੱਗ ਵੀ ਮਿਲਦੀ ਹੈ, ਲੇਕਿਨ ਸਾਨੂੰ ਸ਼੍ਰੋਮਣੀ ਕਮੇਟੀ ਦੀ ਜਿਹੜੀ ਰਹਿਤ ਮਰਿਆਦਾ ਦੇ ਅਨੁਸਾਰ ਚੱਲਣਾ ਚਾਹੀਦਾ, ਔਰ ਇਹਦੇ ਵਿੱਚ ਜਿਹੜੀ ਜਿੰਨੀਆਂ ਵੀ ਬਾਣੀਆਂ ਨੇ ਉਹ ਕਿਸ ਫਰੇਮਵਰਕ 'ਚ ਨੇ ਇਹਦਾ ਮਤਲਬ ਇਹ ਹੁੰਦਾ, ਮਰਿਆਦਾ ਦਾ ਮਤਲਬ ਇਹ ਹੁੰਦਾ ਕਿ ਕੌਮ ਕਿਸੇ ਡਿਸਿਪਲਨ ਵਿੱਚ ਹੈ। ਇਹ ਨਹੀਂ ਹੈ ਕਿ ਕੋਈ ਕੀ ਪੜ੍ਹੇ ਕੋਈ ਕੀ ਪੜ੍ਹੇ। ਇਹ ਜਿਹੜਾ ਸ਼੍ਰੋਮਣੀ ਕਮੇਟੀ ਨੇ ਰਹਿਤ ਮਰਿਆਦਾ ਸਾਨੂੰ ਦਿੱਤੀ ਹੈ ਉਹਦਾ ਮਤਲਬ ਇਹੀ ਹੈ ਕਿ ਅਸੀਂ ਇਸ ਫਰੇਮਵਰਕ ਦੇ ਵਿੱਚ ਹੀ ਆਪਣੇ ਆਪ ਨੂੰ ਡਿਸਿਪਲਨ ਰੱਖੀਏ। ਤੋ ਇਸ ਬਾਣੀ ਦੇ ਪਾਠ ਲਈ ਨਿਰਧਾਰਿਤ ਸਮਾਂ ਜਿਹੜਾ ਮੈਂ ਪਹਿਲੇ ਕਿਹਾ ਸੂਰਜ ਡੁੱਬਣ ਜਾਂ ਸੰਧਿਆ ਕਾਲ ਵੀ ਕਹਿ ਸਕਦੇ ਹਾਂ ਅਸੀਂ, ਔਰ ਇਸ ਸਮੇਂ ਦੇ ਆਮ ਕਰਕੇ ਵਿਗਿਆਨਕ ਕਾਰਨ ਵੀ ਨੇ। ਵਿਗਿਆਨਕ ਕਾਰਨ ਇਹ ਹੈ ਕਿ ਮਨੁੱਖ ਸਵੇਰੇ ਰਿਜ਼ਕ ਲਈ ਘਰੋਂ ਨਿਕਲਦਾ, ਦਿਨ ਭਰ ਸੰਘਰਸ਼ ਤੋਂ ਬਾਅਦ ਮਿਹਨਤ ਕਰਨ ਤੋਂ ਬਾਅਦ ਸੂਰਜ ਡੁੱਬਣ 'ਤੇ ਘਰ ਵਾਪਸੀ ਹੁੰਦੀ ਹੈ, ਅਤੇ ਉਦੋਂ ਫਿਰ ਜ਼ਰੂਰੀ ਹੁੰਦਾ ਕਿ ਦੁਨਿਆਵੀ ਸੂਰਜ ਡੁੱਬਣ ਤੋਂ ਬਾਅਦ ਆਪਣੇ ਅੰਦਰ ਦੇ ਸੂਰਜ ਨੂੰ ਜਗਾਉਣ ਲਈ, ਅੰਦਰ ਦੀ ਐਨਰਜੀ ਨੂੰ
ਰਿਵਾਈਵ ਕਰਨ ਲਈ ਅੰਦਰ ਦੇ ਸੂਰਜ ਨੂੰ, ਜਿਹੜੀ ਜਿਹਨੂੰ ਮੈਂ ਕਹਿ ਦਿੰਦਾ ਸੈਲਫ ਰਿਲਾਈਜੇਸ਼ਨ, ਜਾਂ ਕਈ ਵਾਰੀ ਡਾਕਟਰ ਸਵਰਾਜ ਸਿੰਘ ਨੇ ਇੰਟਰਨਲ ਆਡਿਟ ਵੀ ਕਿਹਾ, ਇੰਟਰਨਲ ਇੰਜੀਨੀਅਰਿੰਗ ਵੀ ਕਿਹਾ। ਤਾਂ ਇਹ ਅੱਜ ਦੇ ਲੇਖਾ ਜੋਖਾ, ਆਪਣੇ ਕਰਮਾਂ ਦਾ ਲੇਖਾ ਜੋਖਾ ਸ਼ਾਮ ਦੇ ਟਾਈਮ ਦਾ ਰਾਜ ਸਾਹਿਬ ਕਰਕੇ ਅਸੀਂ ਇਸ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ। ਬੜੀ ਇੰਪੋਰਟੈਂਟ ਬਾਣੀ ਹੈ, ਬਹੁਤ ਪੜ੍ਹੀ ਜਾਂਦੀ ਹੈ। ਤਾਂ ਇਸ ਬਾਣੀ ਨੂੰ ਕਰਨ ਲਈ ਸਾਡੇ ਵਿੱਚ ਮੇਰੇ ਵੀਰ ਹਰਪਾਲ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਤੋਂ ਐੱਮ ਏ ਰਿਲੀਜੀਅਸ ਸਟੱਡੀ ਕੀਤੀ ਹੈ, ਗੁਰਮਤਿ ਦਾ ਗਿਆਨ ਹੈ, ਜਮੁਨਾ ਪਾਰ ਵਿੱਚ ਗੁਰਮਤਿ ਪ੍ਰਚਾਰ ਸੁਸਾਇਟੀ ਬਣੀ ਹੈ, ਉਹਦੇ ਸਿਰ ਕੱਢ ਮੈਨੇਜਮੈਂਟ ਵਿੱਚ ਨੇ, ਹਰ ਸਾਲ ਗੁਰਮਤਿ ਪ੍ਰਚਾਰ ਲਈ ਜੋ ਹੈ ਕੈਂਪ ਲਗਾਉਂਦੇ ਨੇ, ਔਰ ਗੁਰਮਤਿ ਕਾਲਜ ਨਾਲ ਵੀ ਬੜੇ ਚਿਰਾਂ ਤੋਂ ਇਹ ਜੁੜੇ ਰਹੇ ਨੇ। ਔਰ ਇਹ ਜਿਹੜੀ ਐੱਮ ਏ ਰਿਲੀਜੀਅਸ ਸਟੱਡੀ ਹੈ ਉਹ ਵੀ ਇਹਨਾਂ ਨੇ ਇੱਥੇ ਗੁਰਮਤਿ ਕਾਲਜ ਹੀ ਕੀਤੀ ਹੈ। ਤੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਦਾ ਜਿਹੜਾ ਇਹ ਵਿਸ਼ਾ ਰਹਿਰਾਸ ਹੈ ਉਸ 'ਤੇ ਆਪ ਜੀ ਨਾਲ ਇਹ ਵਿਚਾਰ ਕਰਨਗੇ ਸਰ ਹਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਬਾਣੀ ਸੋਦਰ ਰਹਿਰਾਸ ਸਾਹਿਬ, ਇਹਨੂੰ ਆਪਾਂ ਸੋਦਰ ਵੀ ਕਹਿ ਦਿੰਦੇ ਹਾਂ, ਰਹਿਰਾਸ ਸਾਹਿਬ ਵੀ ਕਹਿ ਦਿੰਦੇ ਹਾਂ। ਪੁਰਾਤਨ ਸਮੇਂ ਦੇ ਵਿੱਚ ਇਹਨੂੰ ਰੋਹ ਰਾਸ ਵੀ ਕਿਹਾ ਜਾਂਦਾ ਸੀ। ਵੀਰ ਜੀ ਨੇ ਬੜੇ ਵਿਸਥਾਰ ਦੇ ਵਿੱਚ ਰਹਿਰਾਸ ਦੇ ਅਰਥਾਂ ਦੇ ਨਾਲ ਜਾਣਕਾਰੀ ਸਾਡੀ ਪੁਆਈ ਹੈ। ਇਸ ਦਾ ਜਿਹੜੀ ਸਰੂਪ ਦੀ ਗੱਲ ਵੀ ਕੀਤੀ ਹੈ ਕਿ ਸਰੂਪ ਸਾਨੂੰ ਵੱਖ ਵੱਖ ਮਿਲਦੇ ਨੇ। ਅੱਜ ਦਾ ਜ਼ਮਾਨਾ ਇੰਟਰਨੈੱਟ ਦਾ ਜ਼ਮਾਨਾ ਹੈ, ਜਦੋਂ ਕੋਈ ਬੱਚਾ ਨੈੱਟ 'ਚੋਂ ਖੋਲ੍ਹ ਕੇ ਰਹਿਰਾਸ ਨੂੰ ਪੜ੍ਹਨਾ ਚਾਹਵੇ ਤਾਂ ਉਹਨੂੰ ਅਲੱਗ ਅਲੱਗ ਤਰ੍ਹਾਂ ਦੇ ਸਾਈਜ ਰਹਿਰਾਸ ਦੇ ਮਿਲਦੇ ਨੇ। ਉਹਦੇ ਲਿਖਿਆ ਵੀ ਹੁੰਦਾ ਹੈ ਰਹਿਰਾਸ ਪੁਰਾਤਨ, ਰਹਿਰਾਸ ਹਜ਼ੂਰ ਸਾਹਿਬ ਵਾਲੀ, ਰਹਿਰਾਸ SGPC ਵਾਲੀ। ਇਹ ਬੜੀ ਇੱਕ ਕਨਫਿਊਜ਼ਨ ਜੀ ਕ੍ਰੀਏਟ ਹੋ ਜਾਂਦੀ ਹੈ ਇੱਕ ਨਵੇਂ ਬੱਚੇ ਦੇ ਲਈ ਜਿਹਨੂੰ ਇਹਦੇ ਬਾਰੇ ਪਤਾ ਨਹੀਂ ਹੈ, ਵੱਖ ਵੱਖ ਸਾਈਜ਼ ਕਿਉਂ ਨੇ, ਕਿਵੇਂ ਨੇ, ਕਦੋਂ ਤੋਂ ਪ੍ਰਚਲਿਤ ਨੇ, ਇਹਦੇ ਬਾਰੇ ਵੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਪਰ ਜਿਵੇਂ ਹੁਣੇ ਵੀਰ ਜੀ ਨੇ ਗੱਲ ਕੀਤੀ, ਰਹਿਰਾਸ ਸਾਹਿਬ ਦਾ ਜਿਹੜਾ ਮੌਜੂਦਾ ਸਰੂਪ ਹੈ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਕਤ ਪ੍ਰਚਲਿਤ ਹੈ, ਦਰਬਾਰ ਸਾਹਿਬ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਜਿਹੜੀ ਬਾਣੀ ਪੜ੍ਹੀ ਜਾਂਦੀ ਹੈ, ਉਹ ਜਦੋਂ ਸਿੱਖ ਰਹਿਤ ਮਰਿਆਦਾ ਦੀ ਆਰੰਭਤਾ ਹੋਈ ਸਨ 1925 ਦੇ ਵਿੱਚ, ਉਸ ਵਕਤ ਇਹ ਸਰੂਪ ਆਰੰਭ ਕੀਤਾ ਗਿਆ। ਉਸ ਤੋਂ ਪਹਿਲਾਂ ਅਲੱਗ ਅਲੱਗ ਤਰ੍ਹਾਂ ਦੇ ਨਾਲ ਅਲੱਗ ਅਲੱਗ, ਕਿਉਂਕਿ ਬਾਣੀ ਪੜ੍ਹਨ ਦੇ ਉੱਪਰ ਕੋਈ ਪਾਬੰਦੀ ਨਹੀਂ ਹੈ, ਜਿੰਨੀ ਕੋਈ ਮਰਜ਼ੀ ਬਾਣੀ ਪੜ੍ਹ ਸਕਦਾ ਹੈ। ਪਰ ਜਿਵੇਂ ਦਰਬਾਰ ਸਾਹਿਬ ਜਦੋਂ ਆਪਾਂ ਸ਼ਾਮ ਨੂੰ ਰਹਿਰਾਸ ਸਾਹਿਬ ਦੀ ਬਾਣੀ ਨੂੰ ਸੁਣਦੇ ਹਾਂ, ਤਾਂ ਰਹਿਰਾਸ ਸਾਹਿਬ ਤੋਂ ਪਹਿਲਾਂ ਉੱਥੇ ਦੀ ਮਰਿਆਦਾ ਹੈ ਕਿ ਕੀਰਤਨ ਦੀ ਸਮਾਪਤੀ ਵੇਲੇ ਹਰ ਯੁੱਗ ਯੁੱਗ ਭਗਤ ਉਪਾਇਆ ਪਿਆਜ ਰੱਖਦਾ ਆਇਆ ਰਾਮ ਰਾਜੇ ਵਾਲਾ ਸਲੋਕ ਪੜ੍ਹਿਆ ਜਾਂਦਾ। ਉਸ ਤੋਂ ਬਾਅਦ ਦੁੱਖ ਦਾਰੂ ਸੁੱਖ ਰੋਗ ਭਇਆ ਵਾਲਾ ਸਲੋਕ ਪੜ੍ਹਿਆ ਜਾਂਦਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਦੋਨੋਂ ਸ਼ਬਦ ਜਿਹੜੇ ਨੇ ਰਹਿਰਾਸ ਸਾਹਿਬ ਦਾ ਹਿੱਸਾ ਨੇ, ਇਹ ਉੱਥੇ ਦੀ ਮਰਿਆਦਾ ਹੈ। ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੱਥੇ ਕੀਰਤਨ ਹੁੰਦਾ, ਕੀਰਤਨ ਦੀ ਸਮਾਪਤੀ ਦੀ ਮਰਿਆਦਾ ਹੈ। ਰਹਿਰਾਸ ਸਾਹਿਬ ਦੀ ਜਿਹੜੀ ਆਰੰਭਤਾ ਉਹ ਸੋਦਰ ਤੋਂ ਹੈ। ਜਿਵੇਂ ਹੁਣੇ ਆਪਾਂ ਵੀਰ ਜੀ ਕੋਲੋਂ ਵੀ ਸੁਣਿਆ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਲਈ ਹੈ ਜਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕੀਤੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਆਪਾਂ ਬਾਣੀ ਦੀ ਬਣਤਰ ਸਾਰੀ ਵੇਖਦੇ ਹਾਂ, ਜਿਹੜੀ ਪੰਚਮ ਪਾਤਸ਼ਾਹ ਨੇ ਜਿਹੜੀ ਬਣਤਰ ਸਾਰੀ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪਾਦਨਾ ਕੀਤੀ ਸੀ ਸੰਨ 1604 ਦੇ ਵਿੱਚ, ਉਸ ਦੇ ਵਿੱਚ ਸਭ ਤੋਂ ਪਹਿਲੇ ਮੂਲ ਮੰਤਰ ਜਪਜੀ ਸਾਹਿਬ ਦੀ ਬਾਣੀ, ਅਤੇ ਫਿਰ ਉਸ ਤੋਂ ਬਾਅਦ ਸੋਦਰ ਦੇ ਸਿਰਲੇਖ ਹੇਠ 5 ਸ਼ਬਦ, ਅਤੇ ਸੋ ਪੁਰਖ ਦੇ ਸਿਰਲੇਖ ਹੇਠ 4 ਸ਼ਬਦ, ਅਤੇ ਸੋਹਿਲਾ ਦੇ ਸਿਰਲੇਖ ਹੇਠ 5 ਸ਼ਬਦ, ਇਹ ਅਲੱਗ ਅਲੱਗ ਨਿਯਤ ਕੀਤੇ ਗਏ ਜਪਜੀ ਸਾਹਿਬ ਦੀ ਬਾਣੀ ਤੋਂ ਬਾਅਦ। ਇਹ ਸਾਰਾ ਕੁਝ 13 ਅੰਕ ਤੱਕ ਹੈ। ਇਸ ਤੋਂ ਬਾਅਦ ਅੱਗੇ ਰਾਗਾਂ ਦੀ ਬਾਣੀ ਆਰੰਭ ਹੁੰਦੀ ਹੈ, ਜਿਸ ਦੇ ਵਿੱਚ ਸਭ ਤੋਂ ਪਹਿਲਾ ਰਾਗ ਸਿਰੀ ਰਾਗ ਹੈ, ਕੁੱਲ 31 ਰਾਗ ਨੇ। ਅਤੇ ਪਹਿਲੇ 13 ਅੰਕ ਦੀ ਜਿਹੜੀ ਬਾਣੀ ਹੈ, ਇਸ ਨੂੰ ਨਿਤਨੇਮ ਦੀਆਂ ਬਾਣੀਆਂ ਵੀ ਕਿਹਾ ਜਾਂਦਾ ਹੈ। ਇਹ ਜਿੰਨੇ ਵੀ ਸ਼ਬਦ ਨੇ ਰਹਿਰਾਸ ਸਾਹਿਬ ਦੇ, ਜਿਹੜੇ ਸੋਦਰ ਦੇ, ਸੋ ਪੁਰਖ ਦੇ ਜਾਂ ਸੋਹਿਲਾ ਸਾਹਿਬ ਦੇ, ਇਹ ਬਾਅਦ ਵਿੱਚ ਸਾਰੇ ਸ਼ਬਦ ਆਪਣੇ ਆਪਣੇ ਰਾਗ ਵਿੱਚ ਵੀ ਆਏ ਨੇ।
ਭਾਵ ਇਹ ਸਾਰੇ ਸ਼ਬਦ ਦੋ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਪਰ ਜਿਹੜਾ ਰਹਿਰਾਜ ਸਾਹਿਬ ਦਾ ਸਭ ਤੋਂ ਪਹਿਲਾ ਸ਼ਬਦ ਹੈ ਸੋਧਰ ਵਾਲਾ, ਇਹ ਰਹਿਰਾਜ ਸਾਹਿਬ ਦੇ ਵਿੱਚ ਵੀ ਹੈ, ਅੱਗੇ ਆਸਾ ਰਾਗ ਦੇ ਵਿੱਚ ਵੀ ਹੈ, ਅਤੇ ਜਪਜੀ ਸਾਹਿਬ ਦੀ 27ਵੀਂ ਪੌੜੀ ਵੀ ਹੈ। ਇਹ ਇੱਕੋ ਇੱਕ ਸ਼ਬਦ ਐਸਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ 3 ਵਾਰੀ ਆਇਆ। ਸੋ ਦਰ, ਦਰ ਦਾ ਮਤਲਬ ਆਪਾਂ ਸਾਰੇ ਸਮਝਦੇ ਹਾਂ, ਦਰਵਾਜ਼ਾ ਵੀ ਕਿਹਾ ਜਾਂਦਾ, ਇਸ ਨੂੰ ਦੁਆਰ ਵੀ ਕਹਿ ਕੇ ਬਾਣੀ ਦੇ ਵਿੱਚ ਸੰਬੋਧਨ ਕੀਤਾ ਗਿਆ। ਦੁਆਰ ਦਾ ਭਾਵ ਵੀ ਦਰਵਾਜ਼ਾ ਹੀ ਹੁੰਦਾ। ਅਤੇ ਇਸ ਪੌੜੀ ਦੇ ਵਿੱਚ ਜਦੋਂ ਗੁਰੂ ਸਾਹਿਬ ਸੋਧਰ ਦੀ ਗੱਲ ਕਰਦੇ ਨੇ, ਅਤੇ ਸੋਧਰ ਭਾਵ ਉਹ ਦਰ, ਉਹ ਦਰਵਾਜ਼ਾ ਜਿੱਥੇ ਬੈਠ ਕੇ ਪਰਮਾਤਮਾ ਸਾਡੀ ਸਭ ਦੀ ਸੰਭਾਲ ਕਰ ਰਹੇ ਹੈ, ਉਹ ਦਰ ਕੈਸਾ ਹੈ, ਉਸ ਦਰ ਦੀ ਗੱਲ ਕੀਤੀ ਹੈ। ਵਿਸਥਾਰ ਵਿੱਚ ਆਪਾਂ ਅਰਥਾਂ ਵਿੱਚ ਨਹੀਂ ਜਾ ਪਾਵਾਂਗੇ ਸਮੇਂ ਦੀ ਕਰਕੇ। ਇੱਥੇ ਪਾਤਸ਼ਾਹ ਕਹਿ ਰਹੇ ਨੇ ਕਿ ਇਸ ਦਰ ਦੇ ਵਿੱਚ, ਇਸ ਦਰ 'ਤੇ ਬੜੇ ਵੱਡੇ ਵੱਡੇ ਜਿਹੜੇ ਮੰਨੇ ਜਾਣ ਵਾਲੇ ਦੇਵਤੇ ਸਾਰੇ ਇੱਥੇ ਪਰਮਾਤਮਾ ਦੇ ਗੁਣ ਗਾ ਰਹੇ ਨੇ। ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇਂ ਇੰਦ ਇੰਦ ਆਸਨ ਬੈਠੇ, ਜਿਹੜੇ ਦੇਵਤਿਆਂ ਦੇ ਰਾਜੇ ਨੇ ਉਹ ਵੀ ਗੁਣ ਗਾ ਰਹੇ ਨੇ। ਗਾਵੇਂ ਪੌਣ ਪਾਣੀ ਬੈਸੰਤਰ, ਪੌਣ ਹਵਾ ਪਾਣੀ ਅੱਗ, ਉਹ ਵੀ ਗੁਣ ਗਾ ਰਹੇ ਨੇ। ਕਿਵੇਂ ਗਾ ਰਹੇ ਨੇ? ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਗਾ ਰਹੇ ਨੇ। ਇਸ ਦਰ ਦੀ ਗੱਲ ਨੂੰ ਬੜੇ ਵਿਸਥਾਰ ਵਿੱਚ ਪਾਤਸ਼ਾਹ ਨੇ ਸਮਝਾਇਆ। ਔਰ ਦਰ ਹੈ ਕੇਵਲ ਇੱਕੋ ਹੀ ਹੈ। ਅਸੀਂ ਜਦੋਂ ਜ਼ਿਆਦਾ ਦਰਾਂ ਦੀ ਜਦੋਂ ਗੱਲ ਕਰਨ ਲੱਗ ਪੈਂਦੇ ਹਾਂ ਨਾ, ਤਾਂ ਕਿਤੇ ਨਾ ਕਿਤੇ ਸਾਨੂੰ ਭੁਲੇਖਾ ਪੈ ਜਾਂਦਾ। ਪਾਤਸ਼ਾਹ ਨੇ ਬਾਣੀ ਵਿੱਚ ਹੋਰ ਜਗ੍ਹਾ 'ਤੇ ਵੀ ਆਖਿਆ, ਗੁਰੂ ਨਾਨਕ ਸਾਹਿਬ ਨੇ, ਨਾਨਕ ਦਰ ਘਰ ਏਕ ਹੈ ਅਵਰ ਨਾ ਦੂਜੀ ਜਾਏ। ਕੇਵਲ ਇੱਕ ਹੀ ਦਰ ਹੈ, ਉਸ ਪਰਮਾਤਮਾ ਦੇ ਨਾਲ ਸਾਂਝ ਪਾਉਣ ਲਈ ਉਸ ਪਰਮਾਤਮਾ ਦਾ ਦਰ ਇੱਕੋ ਹੀ ਹੈ। ਅਤੇ ਉਹ ਦਰ ਦੀ ਸਮਝ ਕਦੋਂ ਆਏਗੀ? ਹਉਮੈ ਬੁੱਝੈ ਤਾਂ ਦਰ ਸੂਝੈ। ਜਦੋਂ ਸਾਨੂੰ ਆਪਣੀ ਹਉਮੈ ਦੇ ਬਾਰੇ ਪਤਾ ਲੱਗ ਜਾਏਗਾ ਵੀ ਅਸੀਂ ਤਾਂ ਹਉਮੈ ਵਿੱਚ ਹਾਂ, ਸਾਨੂੰ ਦਰ ਕਿੱਥੇ ਨਜ਼ਰ ਆ ਜਾਏਗਾ? ਜਦੋਂ ਆਪਣੀ ਹਉਮੈ ਬਾਰੇ ਜਾਣਕਾਰੀ ਹੋ ਜਾਏਗੀ, ਸਭ ਤੋਂ ਇੱਕ ਬੜੀ ਔਖੀ ਗੱਲ ਹੈ, ਸਾਨੂੰ ਦੂਜਿਆਂ ਦੇ ਔਗਣਾਂ ਦੀ ਜਾਣਕਾਰੀ ਹੁੰਦੀ ਹੈ ਪਰ ਆਪਣੇ ਔਗਣਾਂ ਦੀ ਨਹੀਂ, ਆਪਣੇ ਵਿਕਾਰਾਂ ਦੀ ਨਹੀਂ। ਪਾਤਸ਼ਾਹ ਕਹਿੰਦੇ ਨੇ ਹਉਮੈ ਬੁੱਝੈ, ਜਦੋਂ ਹਉਮੈ ਬਾਰੇ ਸਮਝ ਜਾਏਗਾ ਜੀਵ, ਉਹਨੂੰ ਬੁੱਝ ਲਏਗਾ, ਉਹਨੂੰ ਜਾਣ ਲਏਗਾ, ਤਾਂ ਉਸ ਦਰ ਦੀ ਸੋਝੀ ਪ੍ਰਾਪਤ ਹੋ ਜਾਏਗੀ। ਉਹ ਦਰ ਕੀ ਹੈ ਉਹਦੇ ਬਾਰੇ ਸਮਝ ਵਿੱਚ ਆਉਣੀ ਸ਼ੁਰੂ ਗੱਲ ਹੋ ਜਾਏਗੀ। ਪਾਤਸ਼ਾਹ ਕਹਿੰਦੇ ਨੇ ਉਹ ਦਰ ਜਿਹੜਾ, ਉਸ ਦਰ ਤੋਂ ਇਲਾਵਾ ਹੋਰ ਕੋਈ ਦਰਵਾਜ਼ਾ ਹੈ ਹੀ ਨਹੀਂ ਜਿੱਥੇ ਮੈਂ ਜਾ ਸਕਾਂ। ਪਾਤਸ਼ਾਹ ਕਹਿੰਦੇ ਨੇ ਬਿਆਹ ਦਰ ਨਾ ਹੀ ਕਹਿ ਦਰ ਜਾਊਂ, ਕੋਈ ਹੋਰ ਦੂਜਾ ਦਰਵਾਜ਼ਾ ਹੈ ਹੀ ਨਹੀਂ। ਅਸੀਂ ਅੱਜ ਬੜੇ ਸਾਰੇ ਦਰਵਾਜ਼ੇ ਕਾਇਮ ਕਰ ਲਏ ਨੇ, ਅਸੀਂ ਅੱਜ ਬੜੇ ਹੀ ਦਰਾਂ 'ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਸਾਹਿਬ ਕਹਿ ਰਹੇ ਨੇ ਹੋਰ ਕੋਈ ਦਰਵਾਜ਼ਾ ਹੈ ਹੀ ਨਹੀਂ। ਅਸੀਂ ਜਿੱਥੇ ਕਿਤੇ ਸਾਨੂੰ ਪਤਾ ਲੱਗਦਾ ਵੀ ਅੱਜ ਇੱਥੇ ਹੈ ਕੋਈ ਮਿਲ ਰਿਹਾ, ਸਾਨੂੰ ਆਪਣੀ ਕੋਈ ਪਰੇਸ਼ਾਨੀ ਹੁੰਦੀ, ਅਸੀਂ ਉੱਥੇ ਉਹ ਪਰੇਸ਼ਾਨੀ ਲੈ ਕੇ ਉਸ ਦਰ 'ਤੇ ਪਹੁੰਚ ਜਾਂਦੇ ਹਾਂ। ਦਰ ਇੱਕੋ ਹੀ ਹੈ, ਗੁਰੂ ਦਾ ਦਰ ਹੈ, ਪਰਮਾਤਮਾ ਦਾ ਦਰ ਹੈ। ਜਿਸ ਦਰ 'ਤੇ ਗੁਰੂ ਸਾਹਿਬ ਜਿਸ ਦਰ ਦੀ ਗੱਲ ਕਰ ਰਹੇ, ਉਹ ਦਰ ਇੱਕੋ ਹੀ ਹੈ। ਮੈਨੂੰ ਬਹੁਤ ਪੁਰਾਣੀ ਗੱਲ ਯਾਦ ਆ ਗਈ, ਮੈਂ ਲਗਭਗ 40 ਸਾਲ ਪਹਿਲਾਂ ਪਹਿਲੀ ਵਾਰ ਸਟੇਜ 'ਤੇ ਬੋਲਿਆ ਸੀ। ਮੇਰੀ ਉਮਰ ਉਸ ਵੇਲੇ ਕੇਵਲ 14 ਸਾਲ ਦੀ ਸੀ, ਅਤੇ ਮੈਨੂੰ ਉੱਥੇ ਉਸ ਵਕਤ ਕਿਸੇ ਮੇਰੇ ਜਿਨ੍ਹਾਂ ਨੇ ਮੈਨੂੰ ਸਟੇਜ 'ਤੇ ਖੜ੍ਹਾ ਕੀਤਾ, ਉਹਨਾਂ ਨੇ ਇੱਕ ਸ਼ੇਅਰ ਦਿੱਤਾ ਪੜ੍ਹਨ ਵਾਸਤੇ, ਕਹਿੰਦੇ ਪੜ੍ਹਨਾ। ਅਤੇ ਅੱਜ ਮੈਂ ਹੁਣ ਜਦੋਂ ਦਰ ਦੀ ਗੱਲ ਕਰ ਰਿਹਾ, ਮੈਨੂੰ ਸ਼ੇਅਰ ਯਾਦ ਆ ਗਿਆ, ਬਿਲਕੁਲ ਇੱਥੇ ਢੁੱਕਦਾ। ਉਹ ਕਹਿੰਦੇ ਉਹ ਦਰ ਦਰ ਨਹੀਂ ਜਿਸ ਦਰ 'ਤੇ ਕੋਈ ਸਰ ਨਾ ਝੁਕੇ, ਉਹ ਦਰ ਹੀ ਨਹੀਂ ਜਿਹਦੇ 'ਤੇ ਕੋਈ ਸਿਰ ਨਹੀਂ ਝੁੱਕਦਾ, ਉਹ ਸਰ ਸਰ ਨਹੀਂ ਜੋ ਦਰ ਦਰ 'ਤੇ ਝੁਕੇ। ਉਹ ਸਰ ਹੀ ਨਹੀਂ ਕਿਹਾ ਜਾ ਸਕਦਾ, ਉਹ ਸਿਰ ਹੀ ਨਹੀਂ ਕਿਹਾ ਜਾ ਸਕਦਾ ਜਿਹੜਾ ਦਰ ਦਰ 'ਤੇ ਜਾ ਕੇ ਝੁੱਕਦਾ। ਗੁਰੂ ਸਾਹਿਬ ਸਾਨੂੰ ਕੇਵਲ ਇੱਕ ਦਰ ਦੀ ਗੱਲ ਕਰ ਰਹੇ ਨੇ, ਕੇਵਲ ਇੱਕੋ ਦਰ ਹੈ, ਔਰ ਇੱਕੋ ਦਰ 'ਤੇ ਸਾਡਾ ਸਿਰ ਝੁਕਣਾ ਹੈ, ਹੋਰ ਕਿਸੇ ਦਰ 'ਤੇ ਸਾਡਾ ਸਿਰ ਨਹੀਂ ਝੁਕਣਾ ਚਾਹੀਦਾ। ਉਸ ਦਰ ਦੀ ਗੱਲ ਗੁਰੂ ਸਾਹਿਬ ਨੇ ਆਪਾਂ ਹੁਣੇ ਗੱਲ ਕੀਤੀ ਹੈ ਕਿ ਇਹ ਦਰ, ਸੋ ਦਰ ਵਾਲਾ ਜਿਹੜਾ ਸ਼ਬਦ ਹੈ, ਇਹ 3 ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਗਿਆ, ਔਰ ਰੋਜ਼ਾਨਾ 2 ਵਾਰ ਇਸ ਸ਼ਬਦ ਨੂੰ ਅਸੀਂ ਪੜ੍ਹਦੇ ਹਾਂ। ਫਰਕ ਨੇ ਬੜੇ, ਉਚਾਰਨ ਦੇ ਵਿੱਚ ਫਰਕ ਨੇ ਬੜੇ, ਪਰ ਅਰਥਾਂ 'ਚ ਕਿਤੇ ਕੋਈ ਫਰਕ ਨਹੀਂ ਨਹੀਂ, ਉਚਾਰਨ ਵਿੱਚ ਬੜੇ ਫਰਕ ਨੇ। 51-52 ਫਰਕ ਵਿਦਵਾਨਾਂ ਨੇ ਲੱਭੇ ਨੇ ਜਪਜੀ ਸਾਹਿਬ ਦੀ ਇਸ ਪੌੜੀ ਦੇ ਵਿੱਚ ਔਰ ਰਹਿਰਾਜ ਸਾਹਿਬ ਦੀ ਇਸ ਪੌੜੀ ਦੇ ਵਿੱਚ, ਕਿਤੇ ਤੋਨੋਂ ਹੈ, ਕਿਤੇ ਤੁਧਨੋਂ ਹੈ, ਅਤੇ 13 ਲਿਖਿਆ ਕਿਤੇ ਨਹੀਂ ਲਿਖਿਆ। ਸੋ ਇਸ ਤਰ੍ਹਾਂ ਦੇ ਫਰਕ ਬੜੇ ਨੇ। ਇਹ ਵੀ ਇੱਕ ਸਾਡੀ ਇੱਕ ਪ੍ਰੀਖਿਆ ਵਾਲੀ ਗੱਲ ਹੈ ਕਿ ਸਾਨੂੰ ਪਤਾ ਲੱਗ ਜਾਵੇ ਵੀ ਜੇ ਅਸੀਂ ਜ਼ਬਾਨੀ ਪਾਠ ਕਰਦੇ ਪਏ ਹਾਂ ਤਾਂ ਸਾਨੂੰ ਪਤਾ ਲੱਗ ਜਾਵੇ ਵੀ ਅਸੀਂ ਜਪਜੀ ਸਾਹਿਬ ਪੜ੍ਹਦੇ ਪਏ ਹਾਂ ਕਿ ਰਹਿਰਾਜ ਸਾਹਿਬ ਪੜ੍ਹਦੇ ਪਏ ਹਾਂ। ਨਹੀਂ ਤਾਂ ਕਈ ਵਾਰੀ ਮੇਰੇ ਵਰਗਾ ਤਾਂ ਜਪਜੀ ਸਾਹਿਬ ਪੜ੍ਹਦੇ ਹਾਂ, ਟਰੈਕ ਬਦਲ ਕੇ ਰਹਿਰਾਜ ਸਾਹਿਬ 'ਚ ਪਹੁੰਚ ਜਾਂਦਾ, ਰਹਿਰਾਜ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਕਈ ਵਾਰੀ ਜਪਜੀ ਸਾਹਿਬ 'ਚ ਆ ਜਾਂਦੇ ਹਾਂ। ਹੋ ਸਕਦਾ ਹੋਰਿਆਂ ਨਾਲ ਵੀ ਹੁੰਦਾ ਹੋਏਗਾ, ਪਰ ਮੇਰੇ ਨਾਲ ਬੜੀ ਵਾਰੀ ਹੋਇਆ ਜਦੋਂ ਅਸੀਂ ਅਵੇਸਲੇਪਨ ਵਿੱਚ ਬਾਣੀ ਪੜ੍ਹ ਦਿੰਦੇ ਹਾਂ ਨਾ, ਤਾਂ ਇਸ ਤਰ੍ਹਾਂ ਹੁੰਦਾ ਹੈ, ਆਮ ਤੌਰ 'ਤੇ ਹੁੰਦਾ ਹੈ। ਅਤੇ ਗੁਰੂ ਸਾਹਿਬ ਇਸ ਬਾਣੀ ਦੇ ਰਾਹੀਂ
इस शब्द के राही सानू उस परमात्मा के दर की गल समझा रहे हैं। जदों आप गुरद्वारा साहब मत्था टेकन जाते हैं ना तो आम तौर पर बड़े गुरद्वारा साहबान दे विच एक गुरबाणी की पंक्ति लिखी नज़र आ जाती है, कुरबान जावी कुरबान जाई उस वेला सुहावी जित तुमरे द्वारे आया। उस समय तो पातशाह कहिंदे ने मैं कुरबान जाना, मैं सदके जाना हे वाहगुरु जदों तेरे दर ते आया। उस समा बड़ा भागा वाला है, पातशाह उस समय तो कुरबान होने की गल कर रहे हैं। जड़ा समा इस तरह का है। हुण इस सोधर वाले सिरलेख के विच जिवें आपां पहलां जिक्र कीता कुल पंज शब्द ने, कुल पंज शब्द ने और इस तो बाद अगला सिरलेख जिहड़ा सौ पुरख दा है, आपां पहले उन्हां पंज शब्दों का थोड़ा थोड़ा सार लै के आपां अगे वधना है। दूसरा शब्द जदों आपां पढ़दे हां तां पातशाह कहिंदे ने सुण वड्डा आखै सब कोई केवड़ वड्डा डीठा। उस परमात्मा बारे सुन के सारे ही उसनू वड्डा वड्डा कहिंदे ने, पर वह केड्डा वड्डा है इस दे बारे जानकारी तुहानू अपने अनुभव चो मिलेगी। जिवें जिवें तुसीं उस दे नाल सांझ पाओगे तुहानू पता लगेगा। कह के किसी दे सुन के कह देना बड़ी सौखी जी गल है। किसी बारे गल कह देने कि बड़ा वड्डा विद्वान आ, बड़ा वड्डा स्कॉलर है, बहुत कुछ है, बड़ियां डिग्रियां ने। कोई बंदे अपने बारे आप ही जानकारी बड़ी देते हैं कि मेरे को बड़ियां डिग्रिया ने। रात भी एक जगह असं बैठे से वीर जीर के नाल ही, तो एक सज्जन उत्थे आए कहते जी मैं 22 MA की हुई ने। हूँ बड़ी एक हसोहीणी जी गल हो जाती है कि 22 MA भी बई कि विषया तो सदा उन्होंने जानकारी नहीं दी, पर अपने आप को जान के वड्डा शौक करने वाली गल् कई बार हो जाए ने, बड़ा कुछ हो जाता है। पर गुरु साहब जी इस शब्द के सूँ गल समझा चाहते ने, वह कहते हैं वड्डे मेरे साहिबा गहर गंभीरा गुणी गहीरा कोई ना जाना है, तेरा केता केवल जी। हे मेरे वाहिगुरु तू एडा वड्डा है, इन्ना गहर गंभीर है, तू तेरा किते भी अंत नहीं पाया जा सकता, कोई ना जाना है तेरा केवल चीरा, किते तक जा सकांगे पता कर लवांगे नहीं पता लग सकता। उस दी वड्याई का नहीं पता लग सकता, उस दी वड्याई दे बारे में जिसने किसी तरीके सुनया उसने उस तरीके आख दिता है। जिसने सुनिया कि वह परमात्मा धरती का सहारा है उसने उसनू गोबिंद आख दिता। बिंद का मतलब हुंदा सहारा, गो का मतलब हुंदा धरती, धरती नू सहारा देने वाला। जिसनू पता लग्या कि वह परमात्मा धरती नू पालन वाला उसने गोपाल आख दिता, धरती की पालना करने वाला। जिसनू पता लग्या कि वह धरती का मालिक आ उसने गोसाई आख दिता, धरती का साई मालिक। अपने अपने तरीके जिवें जिवें जिसने किसी ने वेखे या सुनिया उसने उस तरीके कहना आरंभ कर दिता। पर वो परमात्मा किड्डा वड्डा है इसका अंदाजा नहीं लगाया जा सकता, कितने नहीं लगाया जा सकता। पातशाह इस बाणी विच अगले शब्द विच आखदे ने आखा जीवा विसरै मर जाऊं। आखा भाव जे मैं उसके आखे विच हाँ, आखा का मतलब यह नहीं कि मैं बोली जा रहा तो आखी जा रहा, जे मैं उसके आखे विच हाँ, जे मैं उसके कहने विच हाँ, जे मैं उसके हुक्म विच हाँ, जे उसकी रजा नूं मन रहा हाँ, तो मेरा जीवन जीवन है, आत्मक जीवन है। तो जे मैं उसनू विसर गया उसनू भुल गया तो यह आत्मक मौत है, यह आत्मक मौत है। जे सचमुच ये गल है, असं कहने कि गुरबाणी का एक एक अखर सानू समझना है, तो गुरबाणी की एक एक अखर जो सानू बड़ा कुछ समझ मिलता है, तो इस हिसाब न तो मेरे वर्गा पता नहीं एक दिन कितनी बारी मर जाता होगा। असं बड़ जगह जगह विसर जाने उन्होंने, जदों कि थोड़ी जी खुशी आ जाए तो विसर गए, जे कि थोड़ा जहा गमी का समा आ गया तो विसर गए, जो खुशी आ गई तो नच टप्प लग पे, जे गमी आ गई तो रोन पिटन लग पे। जगह जगह उसनू विसरते पे हैं, उसनू याद कित करते ही नहीं। पर पातशाह कहिंदे ने आखा जीवा विसरै मर जाऊ, जे मैं आख रहा, जे मैं उसके आखे विच हाँ, जे मैं उसके कहने विच हाँ, तो मेरा जीवन है, आत्मक जीवन है। शरीरक जीवन तो है ही है, ये तो असं अपना जीवन लैके चलते ही पे हाँ, पर यह है जे आत्मक जीवन ता है, इस जीवन का सफल होना ता है जे मैं उस दे आखे विच हाँ, उस दे हुकम विच हाँ। इस गल नूं परमात्मा दे याद दे नाल आपां जोड़ के वेखना कि असी कोई भी ऐसा समा असी किसी भी काम कार विच रहिए, कुछ भी कर रहे हैं, तो उस दे शुकर विच उस दी याद विच बतीत करांगे तो उस जीवन सचमुच सफल हो जाएगा।
जे कि कारोबार कर रहे हैं तो कारोबार में उसनों याद करा तो कारोबार भी सफल है, जे नौकरी कर रहे हैं नौकरी चुनू याद कर रहे तो सफल है, तो उन्हों का सफल है जोड़े याद करते पे ने जिन्हों की याद में परमात्मा वसया हो। परमात्मा इस शब्द पातशाह अगे कहें सो क्यों विसरै मेरी माए साचा साहिब साचा ना, हे मेरी माँ उसनू क्यों विसरिए किवें विसरीए, वह तो हमेशा याद कायम रहने वाला है। कोई ऐसी चीज़ हो जी अज हैगी कल नहीं होगी तो भुली जा सकती है, पर परमात्मा तो हमेशा कायम रहने वाला है, उन्होंने तो कदे भुल नहीं सकते, उन्होंने असी किवें छड़ सकते हैं। अगे पातशाह कहते ने हर के जन सतगुर सत पुरखा बिनो करो गुर पास। अगले शब्द उस परमात्मा की गल करते हैं, इत्थे ही इस शब्द के गुरमत नाम मेरा प्राण सिखाई हर कीरत हमरी रहरास, रहरास का शब्द इत्थे आउंदा है। रहरास मेरे रस्ते की पूंजी है। रहरास नूं जिवें वीर जी ने जिक्र कर दिता है वक्रे वक्रे शब्दों के वक्रे वक्रे अर्थों के इस्तेमाल किया गया गुरबाणी के राह की पूंजी है। जिस राह ते मैं चलना परमात्मा नाल मिलन वाला राह है, एत राह पत पवड़ियाँ परमात्मा नाल मिलन वाला राह है, इको ही राह है, कोई वक्रे वक्रे राह नहीं ने, असी वक्रे वक्रे बना ले, इको ही राह है तो इको ही दरवाजा है, इको ही दर है, कोई वक्रा राह नहीं है। दुनिया में सानू वेखन नू बड़े वक्रे राह मिल जाएंगे, पर गुरु साहब ने जिहड़ी गल कही है कि इको ही राह है इको ही दर है, उस दर नू किवें छड्ड दईए। सो दर कैसे छोड़िए जो दर ऐसा होए, उस दर नू उस राह नू किवें छड्ड दईए, उस राह नू नहीं छड्ड सकदे, उस दर नू नहीं छड्ड सकदे, वह राह है, वह साडा रहरास परमात्मा का गुरमत नाम गुरु की मत द्वारा मिलया होया नाम प्राण सिखाई मेरे प्राणा लई है, मेरे प्राणा दे लई सखा है, मित्र है, नाल चलता है, वह गुरु की मत द्वारा मिलया होया नाम। तो कोई भी हो सकता है, कोई कहिंदा मैं आ मैं तेरा गुरु बन जाना तेरे कन्न विच तैनू नाम दे दें, पर गुरु की मत द्वारा मिलया नाम वह राह की पूंजी है, वह रस्ते की पूंजी है, जिहड़ी रस्ते की पूंजी जिहड़ी रहरास की गल पातशाह इस बाणी विच सानू समझा रहे हैं। अगे पातशाह कहिंदे ने कहे रे मन चित्व उदम, क्यों उदम चित्त वधा, क्यों तू अपने वालों इस तरह के उदम करदा है, उदम करना तो एक उदम करिए आपां। बाणी विच एक जगह ते आंदा है आहर सब करदा फिरै आहर एक ना होई, बड़े सारे आहर बड़े सारे उदम असीं करदे हां, पर जिहड़ा आहर जिहड़ा उदम असीं करना वह वाला असीं करदे नहीं, उस परमात्मा नूं मिलण वाला, उस परमात्मा नाल सांझ पाउण वाला। इत्थे भी पातशाह कहिंदे ने मेरे माधो जी सत संगत मिले सो तरिया गुर प्रसाद परम पद पाया सूके कास्ट हरे। संगत विच मिल के उस परमात्मा दे नाम नू जप के जीव इस भवजल तो पार लंघ सकता है, इस भवजल तो पार लंघ सकता है। हुण इत्थे तक जिहड़े पंज शब्द ने इह सो दर दे शब्द ने। जदों असीं किसे दर ते जाणा है, दर दे विचों अगे लंघना है, तो किसी मिलन तो जाना ही है। जे किसी के घर गए हैं दरवाजा पार किया तो मिलना तो है ना, किसी को मिलना किनू है। अगे पातशाह गल कह रहे हैं कि सो पुरख की गल है, सो पुरख नू मिलना है, उस परमात्मा नू मिलना है, वह पुरख परमात्मा है। पुरख के अर्थ एक व्यक्ति भी हो सकता, आदमी आप पुरखा कहते हैं, हाँ पुरखा की है, पुरख एक मनुख नू भी किया जा सकता है, पर पुरख इत्थे परमात्मा दे लई इस्तेमाल किया गया, पुरख बाणी विच व्यक्ति लई भी इस्तेमाल किया गया। इत्थे जिहड़ा सो पुरख की गल है वह पुरख केवल एक है। जो आप मूल मंत्र पढ़ते हाँ तो मूल मंत्र के पातशाह परमात्मा के प्रमुख गुणों का जिक्र करते हैं, एक ओंकार वह परमात्मा एक है, सत नाम वह हमेशा कायम रहने वाला है। इस गुणों का जिक्र करद पातशाह कहते हैं करता पुरख, वह परमात्मा ही एक पुरख है, तो सब कुछ करने वाला है, वह परमात्मा पुरख है, केवल एक पुरख है, उस पुरख नू मिलना है। उस पुरख के अर्थ ने जो आप हिंदू धर्म के ग्रंथों वाचते हैं पढ़ते हैं, जोड़े सज्जन जोड़े विद्वान पढ़ते हैं,
ਰਿਗਵੇਦ ਦੇ ਵਿੱਚ ਇਸ ਪੁਰਖ ਦੇ ਅਰਥ ਲਿਖੇ ਨੇ ਕਿ ਉਹ ਪੁਰਖ, ਉਹ ਪਰਮਾਤਮਾ ਜਿਸ ਨੇ ਸਾਰੀ ਰਚਨਾ ਕੀਤੀ ਹੈ। ਅਤੇ ਮੂਲ ਮੰਤਰ ਵਿੱਚ ਵੀ ਇਹੀ ਗੱਲ ਹੈ, ਉਹ ਕਰਤਾ ਕਰਨ ਵਾਲਾ, ਸਭ ਕੁਛ ਕਰਨ ਵਾਲਾ ਪਰਮਾਤਮਾ ਹੈ। ਅਤੇ ਰਿਗਵੇਦ ਦੇ ਵਿੱਚ ਇਹ ਲਿਖਿਆ ਕਿ ਉਹ ਐਸਾ ਪੁਰਖ ਹੈ ਕਿ ਜਿਸ ਦਾ 1000 ਸਿਰ ਨੇ, 1000 ਅੱਖਾਂ ਨੇ, 1000 ਪੈਰ ਨੇ। ਉਹਦੇ ਮੂੰਹ ਤੋਂ ਬ੍ਰਾਹਮਣ ਪੈਦਾ ਹੋਇਆ, ਉਹਦੀਆਂ ਬਾਹਾਂ ਤੋਂ ਖੱਤਰੀ ਪੈਦਾ ਹੋਇਆ, ਉਹਦੇ ਪੱਟ 'ਚੋਂ ਵੈਸ਼ ਪੈਦਾ ਹੋਇਆ, ਉਹਦੇ ਪੈਰਾਂ 'ਚੋਂ ਸ਼ੂਦਰ ਪੈਦਾ ਹੋਇਆ। ਜਿਸ ਤਰ੍ਹਾਂ ਦੀ ਜਾਤੀ ਵੰਡ ਹੈ ਉਸੇ ਤਰ੍ਹਾਂ ਦੇ ਨਾਲ ਇਸ ਸਿਸਟਮ ਬਣਾ ਦਿੱਤਾ ਗਿਆ। ਉਹ ਪੁਰਖ ਤੋਂ ਸਭ ਕੁਛ ਪੈਦਾ ਹੋਇਆ। ਇਹ ਗੱਲ ਅਸੀਂ ਵੀ ਸਾਰੇ ਜਾਣਦੇ ਹਾਂ ਕਿ ਸਭ ਕੁਛ ਕਰਨ ਵਾਲਾ ਉਹ ਪਰਮਾਤਮਾ ਆਪ ਹੀ ਹੈ। ਉਹ ਸੋ ਪੁਰਖ ਹੈ, ਦਰ ਦੇ ਵਿੱਚੋਂ ਲੰਘ ਕੇ ਉਸ ਪੁਰਖ ਨੂੰ ਮਿਲਣ ਦੇ ਲਈ ਜਾਣਾ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਜਦੋਂ ਉਸ ਪੁਰਖ ਦੀ ਗੱਲ ਕਰਦੇ ਹਾਂ ਤਾਂ ਇਸ ਸੋ ਪੁਰਖ ਵਾਲੇ ਸ਼ਬਦ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮਾਤਮਾ, ਜਿਹੜਾ ਪਰਮਾਤਮਾ ਜਿਸ ਨੂੰ ਇੱਥੇ ਪੁਰਖ ਕਹਿ ਕੇ ਸੰਬੋਧਨ ਕੀਤਾ ਗਿਆ, ਉਹ ਪਰਮਾਤਮਾ ਆਪ ਐਸਾ ਹੈ ਨਿਰੰਜਨ, ਜਿਸ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਹੈ। ਨਿਰਅੰਜਨ, ਅੰਜਨ ਕਿਹਾ ਜਾਂਦਾ ਸੁਰਮੇ ਨੂੰ, ਸੁਰਮਾ ਮਾਇਆ ਦੇ ਰੂਪ 'ਚ ਲੈ ਕੇ ਕੋਈ ਕਾਲਾ ਹੁੰਦਾ ਹੈ। ਨਿਰਅੰਜਨ, ਜਿਸ ਦੇ ਉੱਪਰ ਮਾਇਆ ਦਾ ਪ੍ਰਭਾਵ ਨਾ ਹੋਵੇ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਫਿਰ ਰਿਪੀਟ ਕਰ ਰਹੇ ਨੇ ਕਿ ਉਹੀ ਹਰੀ ਪਰਮਾਤਮਾ ਹੀ ਪੁਰਖ ਹੈ, ਉਹ ਨਿਰੰਜਨ ਹੈ, ਮਾਇਆ ਦੇ ਪ੍ਰਭਾਵ ਤੋਂ ਉੱਪਰ ਹੈ। ਉਹ ਪਰਮਾਤਮਾ ਇਸੇ ਪੌੜੀ ਦੇ ਵਿੱਚ, ਇਸੇ ਸ਼ਬਦ ਦੇ ਵਿੱਚ ਪੁਰਖ ਸ਼ਬਦ ਜਿਹੜਾ ਉਹ 4 ਵਾਰ ਪਾਤਸ਼ਾਹ ਨੇ ਇਸਤੇਮਾਲ ਕੀਤਾ। ਪਾਤਸ਼ਾਹ ਅੱਗੇ ਕਹਿੰਦੇ ਨੇ, ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ। ਤੂੰ ਸਭ ਦੇ ਵਿੱਚ ਸਮਾਇਆ ਹੋਇਆ, ਘੱਟ ਘੱਟ ਅੰਤਰ, ਘੱਟ ਕਿਹਾ ਜਾਂਦਾ ਹਿਰਦੇ ਨੂੰ, ਤੂੰ ਹਰੇਕ ਹਿਰਦੇ ਵਿੱਚ ਸਮਾਇਆ ਹੋਇਆ। ਤੂੰ ਐਸਾ ਪੁਰਖ ਹੈ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਹੇ ਵਾਹਿਗੁਰੂ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ, ਤੂੰ ਹੀ ਇੱਕ ਪੁਰਖ ਹੈ। ਵੈਸੇ ਵੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਕਹਿੰਦੇ ਨੇ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਅਸੀਂ ਸਾਰੇ ਜੀਵ ਇਸਤਰੀਆਂ ਹਾਂ, ਉਹ ਕੇਵਲ ਪਰਮਾਤਮਾ ਹੀ ਪੁਰਖ ਹੈ। ਉਹ ਪਰਮਾਤਮਾ ਨੂੰ ਹੀ ਪੁਰਖ ਕਿਹਾ ਗਿਆ। ਅਤੇ ਇਸੇ ਸੌ ਪੁਰਖ ਦੇ ਸਿਰਲੇਖ ਹੇਠ ਜਿਹੜਾ ਅਗਲਾ ਸ਼ਬਦ ਹੈ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਉੱਥੇ ਪੁਰਖ ਕਿਹਾ ਗਿਆ, ਇਸ ਛੋਪੌੜੀ ਦੇ ਵਿੱਚ ਕਰਤਾ ਕਿਹਾ ਗਿਆ, ਮੂਲ ਮੰਤਰ ਵਿੱਚ ਕਰਤਾ ਪੁਰਖ ਕਿਹਾ ਗਿਆ। ਗੱਲਾਂ ਸਾਰੀਆਂ ਇੱਕੋ ਜਿਹੀਆਂ ਨੇ ਜਦੋਂ ਆਪਾਂ ਵਿਚਾਰ ਗੱਲ ਕਰਾਂਗੇ। ਬਾਰ ਬਾਰ ਉਸ ਪਰਮਾਤਮਾ ਦੀ ਵਡਿਆਈ ਦੀ ਗੱਲ ਹੈ, ਕਿਤੇ ਪੁਰਖ ਕਹਿ ਕੇ, ਕਿਤੇ ਕਰਤਾ ਕਹਿ ਕੇ, ਕਿਤੇ ਕਰਤਾ ਪੁਰਖ ਕਹਿ ਕੇ ਉਸ ਪਰਮਾਤਮਾ ਦੀ ਵਡਿਆਈ ਕੀਤੀ ਗਈ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋਂ ਭਾਵੈ ਸੋਈ ਥਿਸੀ, ਜੋ ਤੂੰ ਦੇ ਸੋਈ ਹੋ ਪਾਈ। ਜੋ ਤੈਨੂੰ ਚੰਗਾ ਲੱਗਦਾ, ਜੋ ਤੋਂ ਭਾਵੈ, ਭਾਵੈ ਦਾ ਮਤਲਬ ਹੈ ਚੰਗਾ ਲੱਗਣਾ, ਜੋ ਤੈਨੂੰ ਚੰਗਾ ਲੱਗਦਾ ਉਹੀ ਕੁਝ ਹੋਏਗਾ, ਜੋ ਤੂੰ ਦੇਏਗਾ ਉਹੀ ਕੁਝ ਮੈਨੂੰ ਮਿਲੇਗਾ, ਮੈਨੂੰ ਆਪਣੀ ਮਿਹਨਤ ਨਾਲ ਕੁਝ ਨਹੀਂ ਮਿਲਣਾ, ਮੈਂ ਜਿੰਨੇ ਮਰਜ਼ੀ ਹੱਥ ਪੈਰ ਮਾਰੀ ਜਾਣਾ, ਸਭਣੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਅਸੀਂ ਬੜੀਆਂ ਛਾਲਾਂ ਮਾਰਦੇ ਹਾਂ, ਬੜੀਆਂ ਆਪਦੇ ਵੱਲੋਂ ਚਲਾਕੀਆਂ ਕਰਦੇ ਹਾਂ, ਬੜਾ ਕੁਝ ਕਰਦੇ ਹਾਂ, ਪਰ ਹੁੰਦਾ ਉਹੀ ਕੁਝ ਜੋ ਕਰਤਾ ਕਰਦਾ, ਜੋ ਪਰਮਾਤਮਾ ਕਰਦਾ, ਜੋ ਪੁਰਖ ਕਰਦਾ। ਹੁਣ ਪਾਤਸ਼ਾਹ ਅੱਗੇ ਕਹਿੰਦੇ ਨੇ, ਤਿਤ ਸਰਵਰੜੈ ਭੈਲੇ ਨਿਵਾਸਾਂ, ਇਹ ਸੋ ਪੁਰਖ ਦੇ ਸਿਰਲੇਖ ਦਾ ਤੀਸਰਾ ਸ਼ਬਦ ਹੈ। ਅਤੇ ਇਹਦੇ ਵਿੱਚ ਪਾਤਸ਼ਾਹ ਰਹਾਓ ਵਾਲੇ ਪਦੇ ਵਿੱਚ ਕਹਿ ਰਹੇ ਨੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਮੂਰਖ ਮਨ, ਪਾਤਸ਼ਾਹ ਸੰਬੋਧਨ ਕਰ ਰਹੇ ਨੇ, ਮੂੜ ਮਨਾ, ਹੇ ਮੂਰਖ ਮਨ, ਤੂੰ ਪਰਮਾਤਮਾ ਨੂੰ ਵਿਸਰ ਗਿਆ, ਉਸ ਇੱਕ ਨੂੰ ਤੂੰ ਯਾਦ ਨਹੀਂ ਰੱਖਦਾ। ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਗੁਣ ਖਤਮ ਹੋ ਰਹੇ ਨੇ। ਜੇ ਤੂੰ ਉਹਨੂੰ ਵਿਸਰਦਾ ਪਿਆ, ਤੇਰੀ ਯਾਦ ਤੋਂ ਦੂਰ ਹੈ, ਤਾਂ ਤੇਰੇ ਗੁਣ ਖਤਮ ਹੋ ਰਹੇ ਨੇ, ਤੇਰੇ ਅੰਦਰ ਅਵਗਣ ਵੱਧ ਰਹੇ ਨੇ। ਬੜੀ ਸਿੰਪਲ ਜੀ ਗੱਲ ਹੈ, ਜੇ ਗੁਣ ਵਧਣਗੇ ਤਾਂ ਅਵਗਣ ਘਟਣਗੇ, ਜੇ ਅਵਗਣ ਵਧਣਗੇ ਤਾਂ ਗੁਣ ਘਟਣਗੇ। ਅੱਜ ਮੈਂ ਝੂਠ ਬੋਲਣ ਦਾ ਅਵਗਣ ਲੈ ਕੇ ਚੱਲ ਰਿਹਾ, ਜਿਸ ਦਿਨ ਮੈਂ ਸੱਚ ਬੋਲਣ ਦੇ ਗੁਣ ਨੂੰ ਅਪਣਾ ਲਵਾਂਗਾ, ਝੂਠ ਬੋਲਣ ਵਾਲਾ ਅਵਗਣ ਮੇਰਾ ਆਪਣੇ ਆਪ ਖਤਮ ਹੋ ਜਾਏਗਾ। ਅਤੇ ਜੇ ਮੈਂ ਸੱਚ ਬੋਲਦਾ ਬੋਲਦਾ ਝੂਠ ਬੋਲਣ ਵਾਲੇ ਪਾਸੇ ਆ ਗਿਆ, ਤਾਂ ਮੇਰਾ ਗੁਣ ਖਤਮ ਹੋ ਗਿਆ ਅਤੇ ਔਗਣ ਵੱਧ ਗਿਆ। ਇਸੇ ਤਰ੍ਹਾਂ ਜਿੰਨੀ ਮੇਰੇ ਅੰਦਰ ਨਿਮਰਤਾ ਵਧੇਗੀ, ਮੇਰੀ ਹੋਮੇ ਵਾਲੀ ਬਿਰਤੀ 'ਚ ਘਾਟਾ ਆਏਗਾ, ਹੋਮੇ ਘਟੇਗੀ। ਅਤੇ ਜੇ ਮੈਂ ਹੋਮੇ ਵਧਾਈ ਜਾਵਾਂਗਾ, ਮੇਰੀ ਨਿਮਰਤਾ ਖਤਮ ਹੋਏਗੀ। ਇੱਕ ਗੁਣ ਵਧਾਵਾਂਗੇ ਅਤੇ ਔਗਣ ਘਟੇਗਾ, ਔਗਣ ਵਧਾਵਾਂਗੇ ਅਤੇ ਗੁਣ ਘਟਣਗੇ। ਅਤੇ ਜੇ ਉਹ ਭੁੱਲੇਗਾ, ਉਹ ਯਾਦ ਵਿੱਚ ਨਹੀਂ ਰਹੇਗਾ, ਤਾਂ ਗੁਣ ਘਟਣਗੇ, ਔਗਣ ਵਧਣਗੇ। ਇਹ ਗੱਲ ਸਾਨੂੰ ਯਾਦ ਰੱਖਣੀ ਹੈ। ਇਸ
ਦੇ ਅਗਲੇ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਬੜਾ ਵੱਡਾ ਸੰਕਲਪ ਹੈ ਸਾਡੀ ਜ਼ਿੰਦਗੀ ਦਾ। ਇਹ ਕਹਿੰਦੇ ਨੇ ਮਨੁੱਖਾ ਜਨਮ ਕਿਸ ਵਾਸਤੇ ਮਿਲਿਆ ਹੈ? ਇੱਕ ਬੜਾ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖਾ ਜਨਮ ਸਾਨੂੰ ਕਿਉਂ ਮਿਲਿਆ? ਇੱਥੇ ਇਸ ਸ਼ਬਦ ਦੇ ਵਿੱਚ ਉਸਦਾ ਜਵਾਬ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਇਹ ਮਨੁੱਖਾ ਦੇ ਹੁਰੀਆ, ਦੇ ਸਰੀਰ ਇਸ ਵਾਸਤੇ ਮਿਲਿਆ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਭਾਵ ਪਰਮਾਤਮਾ, ਪਰਮਾਤਮਾ ਨੂੰ ਮਿਲਣ ਦੀ ਇਹ ਸਾਡੀ ਵਾਰੀ ਹੈ। ਇੱਕ ਜਗ੍ਹਾ ਹੋਰ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਇੱਥੇ ਕਹਿੰਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਬਾਰੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸਜ਼ਰੀਆ। ਬੜੇ ਲੰਬੇ ਸਮੇਂ ਬਾਅਦ ਇਹ ਦੇਹ ਮਿਲੀ ਹੈ। ਮਨੁੱਖਾ ਜਨਮ ਮਿਲਿਆ ਹੈ, ਕਿਸ ਵਾਸਤੇ ਮਿਲਿਆ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੈਨੂੰ ਹੁਣ ਇਸ ਜਨਮ ਦੇ ਵਿੱਚ ਹੀ ਪਰਮਾਤਮਾ ਮਿਲ ਸਕਦਾ। 84 ਲੱਖ ਜੂਨਾਂ ਦੇ ਵਿੱਚੋਂ ਕੇਵਲ ਇੱਕੋ ਇੱਕ ਜਨਮ, ਮਨੁੱਖਾ ਜਨਮ ਹੀ ਐਸਾ ਹੈ ਜਿਸ ਜਨਮ ਦੇ ਵਿੱਚ ਪਰਮਾਤਮਾ ਦੇ ਨਾਲ ਸਾਂਝ ਬਣ ਸਕਦੀ ਹੈ, ਹੋਰ ਕਿਸੇ ਜਨਮ ਵਿੱਚ ਨਹੀਂ ਬਣ ਸਕਦੀ। ਬੜੇ ਸਿਆਣੇ ਨੇ, ਬੜੇ ਜੀਵ ਦੂਜੇ, ਬੜੇ ਦਿਮਾਗ ਨੇ ਉਹਨਾਂ ਕੋਲ। ਐਸਾ ਨਹੀਂ ਕਿ ਕਿਸੇ ਪਸ਼ੂ ਕੋਲ ਜਾਂ ਕਿਸੇ ਪੰਛੀ ਕੋਲ ਦਿਮਾਗ ਨਹੀਂ ਹੈ, ਉਹਨਾਂ ਕੋਲ ਬੜੇ ਦਿਮਾਗ ਨੇ। ਉਹਨਾਂ ਦੇ ਦਿਮਾਗ ਤੋਂ ਮਨੁੱਖ ਨੇ ਵੀ ਨਕਲ ਕੀਤੀ ਹੈ, ਬੜੇ ਦਿਮਾਗ ਨੇ ਉਹਨਾਂ ਦੇ, ਬੜੀਆਂ ਉਹਨਾਂ ਕੋਲ ਟੈਕਨੀਕਸ ਹੈਗੀਆਂ ਨੇ। ਪਰ ਇੱਕੋ ਚੀਜ਼ ਉਹਨਾਂ ਕੋਲ ਨਹੀਂ ਹੈਗੀ ਕਿ ਉਹ ਨਾਮ ਨਹੀਂ ਜਪ ਸਕਦੇ। ਇਸ ਮਨੁੱਖਾ ਜਨਮ ਵਿੱਚ ਮਨੁੱਖ ਨਾਮ ਜਪ ਸਕਦਾ, ਤਾਂ ਉਸ ਪਰਮਾਤਮਾ ਨਾਲ ਸਾਂਝ ਬਣਨੀ ਹੈ। ਅੱਗੇ ਪਾਸੇ ਗੱਲ ਹੋਰ ਸਮਝਾਉਂਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਅਵਰ ਕਾਜ, ਅਵਰ ਕਾਜ ਕਿਹੜੇ ਨੇ ਜੀ? ਜਿਹੜੇ ਨਾਮ ਜਪਣ ਤੋਂ ਇਲਾਵਾ ਦੂਜੇ ਸਾਰੇ ਕੰਮ ਨੇ। ਅਸੀਂ ਕਿਤੇ ਵਰਤ ਰੱਖ ਰਹੇ ਹਾਂ, ਕਿਤੇ ਅਸੀਂ ਚਲੀਏ ਕੱਟ ਰਹੇ ਹਾਂ, ਕਿਤੇ ਅਸੀਂ ਗਿਣਤੀਆਂ ਮਿਣਤੀਆਂ ਦੇ ਚੱਕਰ 'ਚ ਪਏ ਹਾਂ, ਬੜੇ ਐਸੇ ਕਾਜ ਅਸੀਂ ਆਪਣੇ ਆਪ ਦੇ ਕਰ ਲਏ ਨੇ, ਜਿਹਨਾਂ ਨੂੰ ਆਪਾਂ ਕਰਮ ਕਾਂਡ ਵੀ ਕਹਿ ਸਕਦੇ ਹਾਂ। ਬੜੇ ਤਰ੍ਹਾਂ ਦੇ ਐਸੇ ਕਾਜ ਨੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਸੰਗਤ ਵਿੱਚ ਬੈਠ ਕੇ ਜਪਣਾ ਜੇ ਮਨੁੱਖਾ ਜਨਮ ਦੇ ਵਿੱਚ ਆਪਣੇ ਉਸ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਫਲ ਕਰਨਾ। ਬਾਕੀ ਹੋਰ ਜਿੰਨੇ ਵੀ ਕੰਮ ਕਰ ਰਹੇ ਹਾਂ ਕਿਸੇ ਲੇਖੇ ਵਿੱਚ ਆਉਣ ਵਾਲੇ ਨਹੀਂ ਨੇ, ਕਿਸੇ ਗਿਣਤੀ ਵਿੱਚ ਆਉਣ ਵਾਲੇ ਨਹੀਂ ਨੇ, ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋਣ ਵਾਲੇ ਨਹੀਂ ਨੇ। ਉੱਥੇ ਕਬੂਲ ਕੇਵਲ ਨਾਮ ਜਪਣ ਵਾਲੇ ਨੇ ਹੋਣਾ। ਜਿੰਨੀ ਨਾਮ 'ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ, ਉਹਨਾਂ ਦੇ ਮੁੱਖ ਉਸ ਦਰਗਾਹ ਵਿੱਚ ਉਜਲੇ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨਾਲ। ਅਤੇ ਇਸ ਸ਼ਬਦ ਵਿੱਚ ਵੀ ਜਿਸ ਸ਼ਬਦ ਦੇ ਵਿੱਚ ਪਾਤਸ਼ਾਹ ਕਹਿ ਰਹੇ ਨੇ ਕਿ ਇਸ ਸ਼ਬਦ ਦੇ ਰਾਹੀਂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਮਨੁੱਖਾ ਜਨਮ ਦੀ ਜਿਹੜੀ ਪ੍ਰਾਪਤੀ ਹੈ ਇਹ ਇਸ ਵਾਸਤੇ ਹੋਈ ਹੈ ਸਾਨੂੰ ਕਿ ਅਸੀਂ ਪਰਮਾਤਮਾ ਦੇ ਨਾਲ ਸਾਂਝ ਪਾਣੀ ਹੈ। ਜਦੋਂ ਪਰਮਾਤਮਾ ਦੇ ਨਾਲ ਸਾਂਝ ਪੈ ਗਈ, 84 ਲੱਖ ਜੂਨਾਂ ਦੇ ਵਿੱਚੋਂ ਇੱਕੋ ਇੱਕ ਹੀ ਮੌਕਾ ਹੈ ਜਦੋਂ ਪਰਮਾਤਮਾ ਨਾਲ ਸਾਂਝ ਪੈ ਗਈ, ਤਾਂ ਫਿਰ ਬਾਕੀ ਜਨਮ ਮਰਨ ਦਾ ਗੇੜ ਖਤਮ ਹੋ ਜਾਏਗਾ, ਮੁਕਤੀ ਹੋ ਜਾਏਗੀ। ਇਸੇ ਨੂੰ ਮੁਕਤੀ ਕਿਹਾ ਗਿਆ। ਮੁਕਤੀ ਭਾਵ ਜਨਮ ਮਰਨ ਦੇ ਚੱਕਰ 'ਚੋਂ ਮੁਕਤੀ, ਜਨਮ ਮਰਨ ਵਿੱਚ ਵਾਰ ਵਾਰ ਆਉਣ ਤੋਂ ਮੁਕਤੀ, ਪਰਮਾਤਮਾ ਨਾਲ ਜਦੋਂ ਸਾਂਝ ਬਣ ਗਈ ਤਾਂ ਮੁਕਤੀ। ਇਸ ਸ਼ਬਦ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਅਸੀਂ ਰੋਜ਼ ਸ਼ਾਮ ਨੂੰ ਇਹ ਸ਼ਬਦ ਪੜ੍ਹਦੇ ਹਾਂ, ਜਿਹੜੇ ਰਾਜ ਸਾਹਿਬ ਦੀ ਬਾਣੀ ਪੜ੍ਹਦੇ ਨੇ ਰੋਜ਼ ਸ਼ਾਮ ਨੂੰ ਪੜ੍ਹਦੇ ਹਾਂ, ਪਰ ਕੇਵਲ ਪੜ੍ਹੀ ਜਾਂਦੇ ਹਾਂ, ਵਿਚਾਰ ਦੀ ਸਾਂਝ ਨਾ ਹੋਣ ਕਰਕੇ, ਵਿਚਾਰ ਨਾ ਹੋਣ ਕਰਕੇ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਪਤਾ ਕਿ ਇਹਦੇ ਰਾਹੀਂ ਪਾਤਸ਼ਾਹ ਸਾਨੂੰ ਸਮਝਾ ਕੇ ਰਹੇ ਨੇ। ਸਾਰੇ ਸ਼ਬਦ ਅਸੀਂ ਕੇਵਲ ਪੜ੍ਹੀ ਜਾ ਰਹੇ ਹਾਂ, ਆਪਾਂ ਸਾਰੇ ਵਿਸਥਾਰ ਵਿੱਚ ਗੱਲ ਤਾਂ ਕਰ ਨਹੀਂ ਸਕਦੇ। ਇੱਥੇ ਤੱਕ ਜਿਹੜੇ ਪਹਿਲੇ 9 ਸ਼ਬਦ ਨੇ ਪਹਿਲਾਂ 100 ਦਰ ਵਾਲੇ ਨੇ, ਅਸੀਂ ਉਸ ਪਰਮਾਤਮਾ ਦੇ ਦਰ 'ਤੇ ਜਾਣਾ ਅਤੇ ਦਰ ਦੇ ਵਿੱਚੋਂ ਲੰਘ ਕੇ ਉਸ ਪੁਰਖ ਨੂੰ ਮਿਲਣਾ, ਉਸ ਪਰਮਾਤਮਾ ਨੂੰ ਮਿਲਣਾ ਜਿਸ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਹੈ। ਜਿਸ ਨਾਲ ਸਾਂਝ ਬਣ ਗਈ ਤਾਂ ਜੀਵਨ ਮੁਕਤ ਹੋ ਜਾਣਾ, ਇਸ ਜੀਵਨ ਦੇ ਜਨਮ ਮਰਨ ਦੇ ਚੱਕਰ ਤੋਂ ਬਚ ਜਾਣਾ। ਇੱਥੇ ਤੱਕ ਜਿਹੜੀ ਸਭ ਤੋਂ ਪੁਰਾਤਨ ਜਿਹੜਾ ਰਾਜ ਸਾਹਿਬ ਦਾ ਸਰੂਪ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ, ਉਹ ਇੱਥੇ ਤੱਕ ਹੈ। ਜਿਵੇਂ ਆਪਾਂ ਪਹਿਲੇ ਵੀ ਜ਼ਿਕਰ ਕੀਤਾ, 1925 ਦੇ ਵਿੱਚ ਰਹਿਤ ਮਰਿਆਦਾ ਜਦੋਂ ਤਿਆਰ ਕੀਤੀ ਗਈ ਅਤੇ ਰਹਿਰਾਜ ਸਾਹਿਬ ਦੇ ਵੱਖਰੇ ਵੱਖਰੇ ਸਰੂਪ ਪ੍ਰਚਲਿਤ ਹੋਣ ਕਰਕੇ ਇੱਕ ਸਰੂਪ ਨੂੰ ਮਾਨਤਾ ਸਾਂਝੇ ਤੌਰ 'ਤੇ ਪੰਥ ਵੱਲੋਂ ਦਿੱਤੀ ਗਈ। ਇਸ ਤੋਂ ਬਾਅਦ ਅੱਗੇ ਦਸਮ ਪਾਤਸ਼ਾਹ ਦੀ ਬਾਣੀ ਚੌਪਈ ਸਾਹਿਬ ਦਰਜ ਕੀਤੀ ਗਈ ਹੈ।
ਚੁਪਈ ਸਾਹਿਬ ਦੀਆਂ 25 ਪੌੜੀਆਂ ਦਰਜ ਕੀਤੀਆਂ ਗਈਆਂ ਨੇ। ਕਿਤੇ ਕਿਤੇ ਮੈਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਕਿਤੇ ਕਿਤੇ ਕੁਝ ਲੋਕ ਉਸ ਤੋਂ ਵੱਧ ਵੀ ਪੜ੍ਹਦੇ ਨੇ। ਪਰ ਸਾਂਝੇ ਤੌਰ 'ਤੇ ਜਿਹੜਾ ਇੱਕ ਪੰਥਕ ਤੌਰ 'ਤੇ ਜਿਹੜਾ ਫੈਸਲਾ ਲਿਆ ਗਿਆ ਉਹ ਚੁਪਈ ਸਾਹਿਬ ਦੀਆਂ 25 ਪੌੜੀਆਂ ਨੂੰ ਪੜ੍ਹਨ ਦਾ ਲਿਆ ਗਿਆ। ਅਤੇ ਚੁਪਈ ਬੇਨਤੀ ਚੌਪਈ ਹੈ, ਇੱਕ ਅਰਦਾਸ ਹੈ ਉਸ ਪਰਮਾਤਮਾ ਦੇ ਅੱਗੇ, ਅਰਦਾਸ ਹੈ ਦਸਮ ਪਾਤਸ਼ਾਹ ਦੀ ਰਚਨਾ, ਇਹ ਅਰਦਾਸ ਦੇ ਰੂਪ ਵਿੱਚ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਸਵੱਈਆ ਹੈ, ਇਸ ਤੋਂ ਬਾਅਦ ਦੋਹਰਾ ਹੈ, ਇਹ ਵੀ ਦੋਨੋਂ ਦਸਮ ਪਾਤਸ਼ਾਹ ਦੀ ਰਚਨਾ ਮੰਨੀ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰ ਦੁਆਰ, ਬਾਂ ਗਏ ਕੀ ਲਾਜਾਸ ਗੋਬਿੰਦ ਦਾਸ। ਹੇ ਵਾਹਿਗੁਰੂ, ਮੈਂ ਸਾਰੇ ਪਾਸਿਓਂ ਥੱਕ ਗਿਆ, ਸਾਰੇ ਪਾਸਿਓਂ ਥੱਕ ਕੇ ਤੇਰੇ ਕੋਲ ਆ ਗਏ ਹਾਂ, ਤੇਰੀ ਸ਼ਰਨ ਵਿੱਚ ਆ ਗਏ ਹਾਂ, ਹੁਣ ਮੇਰੀ ਬਾਂਹ ਪਕੜ ਅਤੇ ਮੇਰੀ ਲਾਜ ਰੱਖ। ਬਾਂਹ ਗਏ ਕੀ ਲਾਜ ਰੱਖ, ਗੋਬਿੰਦ ਦਾਸ ਤੁਹਾਰ ਤੇਰਾ ਦਾਸ ਤੇਰੇ ਅੱਗੇ ਇਹ ਅਰਦਾਸ ਬੇਨਤੀ ਜੋਦੜੀ ਕਰਦਾ। ਇਸ ਤੋਂ ਬਾਅਦ ਅੱਗੇ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਅਤੇ 6ਵੀਂ ਪੌੜੀ, ਇਹ ਰਚਨਾ ਗੁਰੂ ਅਮਰਦਾਸ ਮਹਾਰਾਜ ਦੀ ਹੈ। ਅੱਜ ਗੁਰੂ ਅਮਰਦਾਸ ਮਹਾਰਾਜ ਦਾ ਗੁਰਤਾ ਗੱਦੀ ਪੁਰਬ ਵੀ ਹੈ, ਜਿਨ੍ਹਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਏਗੀ। ਅੱਜ ਸਾਡੇ ਹਿੰਦੂ ਭਰਾਵਾਂ ਦਾ ਨਵਾਂ ਸਾਲ ਵੀ ਆਰੰਭ ਹੋਇਆ, ਅੱਜ ਤੋਂ ਇੱਕ ਨਵਾਂ ਸਾਲ ਵੀ, ਅੱਜ ਬੜਾ ਹਿਸਟੋਰੀਕਲ ਡੇ ਵੀ ਹੈ, ਅੱਜ ਗੁਰੂ ਅਮਰਦਾਸ ਮਹਾਰਾਜ ਦਾ ਗੁਰਤਾ ਗੱਦੀ ਪੁਰਬ ਵੀ ਹੈ। ਔਰ ਗੁਰੂ ਅਮਰਦਾਸ ਮਹਾਰਾਜ ਦੀਆਂ ਬਾਣੀ ਜਿਹੜੀ ਆਨੰਦ ਸਾਹਿਬ ਹੈ ਉਸ ਦੀਆਂ 6 ਪੌੜੀਆਂ ਰਾਜ ਸਾਹਿਬ ਦਾ ਹਿੱਸਾ ਨੇ। ਇਸ ਆਨੰਦ ਸਾਹਿਬ ਦੇ ਵਿੱਚ ਪਾਤਸ਼ਾਹ, ਇੱਕ ਵੱਖਰਾ ਵਿਸ਼ਾ ਤੁਹਾਡੇ ਇੱਥੇ ਲੈਕਚਰ ਹੋ ਵੀ ਚੁੱਕਾ ਹੈ ਆਨੰਦ ਸਾਹਿਬ ਦਾ, ਇਹਦੇ ਵਿੱਚ ਆਨੰਦ ਦੀ ਪ੍ਰਾਪਤੀ ਦੇ ਬਾਰੇ ਪਾਤਸ਼ਾਹ ਸਾਨੂੰ ਸੋਝੀ ਬਖਸ਼ਦੇ ਨੇ। ਇਸ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਹੁੰਦੀ ਹੈ ਅਤੇ ਅਖੀਰ 'ਤੇ ਮੁੰਦਾਵਣੀ ਮਹੱਲਾ 5ਵਾਂ, 5ਮ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਮੁੰਦਾਵਣੀ ਰਾਗ ਦੇ ਵਿੱਚ, ਮੁੰਦਾਵਣੀ ਦੇ ਵਿੱਚ, ਰਾਗ ਨਹੀਂ ਕਹਿ ਸਕਦੇ, ਮੁੰਦਾਵਣੀ ਸਲੋਕ ਆ ਜਿਹੜਾ, ਉਸ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾਧਾਰੋ। ਇਹ ਗੁਰੂ ਗ੍ਰੰਥ ਸਾਹਿਬ ਰੂਪੀ ਇੱਕ ਥਾਲ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਵਸਤਾਂ ਪਈਆਂ ਨੇ ਜਿਹੜੀਆਂ ਤੇਰੇ ਖਾਣ ਵਾਲੀਆਂ ਨੇ। ਸਤ ਸੰਤੋਖ ਵਿਚਾਰ, ਅੱਜ ਇਹ 3 ਚੀਜ਼ਾਂ ਦੀ ਸਾਡੀ ਜ਼ਿੰਦਗੀ ਵਿੱਚੋਂ ਮੇਰੇ ਖਿਆਲ ਬੜੀ ਕਮੀ ਹੈ, ਬਹੁਤ ਘੱਟ ਨੇ। ਸਤ ਘੱਟ ਨਜ਼ਰ ਆਉਂਦਾ ਹੈ, ਸੰਤੋਖ ਤਾਂ ਕਿਤੇ ਉੱਡ ਹੀ ਗਿਆ ਹੈ, ਸੰਤੋਖ ਤਾਂ ਸਾਡੇ ਵਿੱਚ ਰਹਿ ਹੀ ਨਹੀਂ ਗਿਆ ਕਿਤੇ। ਅਤੇ ਵਿਚਾਰ ਦੀ ਵੀ, ਜਿਹੜੇ ਤੁਸੀਂ ਬੈਠੇ ਹੋ ਬੜੇ ਵੱਡੇ ਭਾਗਾਂ ਵਾਲੇ, ਕਿ ਤੁਸੀਂ ਵਿਚਾਰ ਸੁਣਨ ਲਈ ਇੱਥੇ ਆਉਂਦੇ ਹੋ, ਨਹੀਂ ਤਾਂ ਵਿਚਾਰ ਵਾਲੀਆਂ ਗੱਲਾਂ ਵੀ ਬਹੁਤ ਘੱਟ ਗਈਆਂ ਨੇ, ਬੜਾ ਘੱਟ ਗਈਆਂ ਨੇ। ਪਾਤਸ਼ਾਹ ਕਹਿੰਦੇ ਨੇ ਇਹ ਚੀਜ਼ਾਂ ਵੇਖਣੀਆਂ ਨੇ, ਅਤੇ ਜਿਹੜਾ ਇਸ ਨੂੰ ਖਾ ਲਏਗਾ, ਜੇ ਕੋ ਖਾਵੈ ਜੇ ਕੋ ਪੁੰਚੈ, ਜਿਹੜਾ ਇਸ ਵਿਚਾਰ ਦੇ ਨਾਲ, ਇਸ ਸੱਤ ਦੇ ਨਾਲ, ਸੰਤੋਖ ਦੇ ਨਾਲ ਸਾਂਝ ਪਾ ਲਏਗਾ, ਖਾ ਲਏਗਾ, ਜੇ ਕੋ ਖਾਵੈ ਖਾ ਵੀ ਲਿਆ, ਇਸ ਤੋਂ ਬਾਅਦ ਜੇ ਕੋ ਪੁੰਚੈ, ਜਿਸ ਨੇ ਹਜ਼ਮ ਕਰ ਲਿਆ। ਹੁਣ ਕਈਆਂ ਸੁਣ ਵੀ ਲੈਂਦੇ ਨੇ ਪਰ ਹਜ਼ਮ ਨਹੀਂ ਹੁੰਦੀਆਂ ਗੱਲਾਂ, ਵੀ ਗੱਲ ਸੁਣ ਲਈ ਹੈ, ਵੀ ਇਹ ਗੱਲ ਹੈ ਕਿਵੇਂ ਹੈ, ਇਹਦੇ ਬਾਰੇ ਕਲੈਰੀਫਿਕੇਸ਼ਨ ਪੂਰੀ ਚਾਹੀਦੀ ਹੈ। ਜੇ ਕਿਸੇ ਨੇ ਹਜ਼ਮ ਕਰ ਲਈ ਤਾਂ ਉਸ ਦਾ ਹੀ ਉਧਾਰ ਹੋਣਾ ਹੈ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ, ਉਸ ਦਾ ਹੀ ਉਧਾਰ ਹੋਣਾ ਹੈ। ਇਹ ਮੁੰਦਾਵਣੀ ਦੇ ਸਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਨੇ। ਅਖੀਰਲੇ ਸਲੋਕ 'ਚ ਪਾਤਸ਼ਾਹ ਕਹਿੰਦੇ ਨੇ, ਤੇਰਾ ਕੀਤਾ ਜਾਤੋ ਨਾਹੀ, ਮੈਨੋਂ ਜੋਗ ਕਿਤੋਈ, ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ, ਆਪੇ ਤਰਸ ਪਏ। ਹੁਣ ਦੇਖੋ ਕਿੱਡੀ ਵੱਡੀ ਗੱਲ ਹੈ, ਕਿੱਡੀ ਕਮਾਲ ਦੀ ਗੱਲ ਹੈ, ਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅਤੇ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਦੇ ਅਖੀਰ 'ਤੇ ਕਹਿ ਰਹੇ ਨੇ, ਇਹ ਸਾਰਾ ਕੁਛ ਹੇ ਵਾਹਿਗੁਰੂ ਤੇਰਾ ਹੀ ਕੀਤਾ ਹੋਇਆ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕਿਤੋਈ, ਮੈਨੂੰ ਇਹ ਤੂੰ ਹੀ ਜੋ ਦਿੱਤਾ ਉਹਦੇ ਤਬ ਹਿਸਾਬ ਨਾਲ ਸਭ ਕੁਛ ਹੋਇਆ। ਹੁਣ ਕਿੱਡੀ ਵੱਡੀ ਗੱਲ ਹੈ, ਪਾਤਸ਼ਾਹ ਇੰਨਾ ਕੁਝ ਕਰਕੇ ਵੀ ਅਖੀਰ 'ਤੇ ਕਹਿੰਦੇ ਨੇ ਕਿ ਮੈਂ ਕੁਝ ਵੀ ਨਹੀਂ ਕੀਤਾ, ਮੈਂ ਕੁਝ ਵੀ ਨਹੀਂ ਕੀਤਾ, ਮੈਂ ਨਿਰਗੁਣ ਆ ਰਹੇ, ਆਪਣੇ ਆਪ ਨੂੰ ਨਿਰਗੁਣ ਦੀ ਗੱਲ ਕਹਿ ਰਹੇ ਨੇ, ਗੁਣ ਨਹੀਂ ਕੋਏ, ਕੋਈ ਗੁਣ ਨਹੀਂ ਹੈ। ਹੁਣ ਕਿੱਡੀ ਵੱਡੀ ਗੱਲ ਹੈ, ਅਸੀਂ ਇੱਕ ਛੋਟੀ ਜਿਹੀ ਗੱਲ ਕਰੀਏ, ਇੱਕ ਛੋਟਾ ਜਿਹਾ ਆਰਟੀਕਲ ਕੋਈ ਲਿਖ ਲਵੇ, ਕੋਈ ਛੋਟੀ ਜਿਹੀ ਆਪਾਂ ਗੱਲ ਕਰ ਲਈਏ, ਅਤੇ ਆਪਾਂ ਉਹਦਾ ਪ੍ਰਚਾਰ ਕਿੰਨਾ ਕਰਦੇ, ਅੱਜ ਦਾ ਪ੍ਰਚਾਰ ਦਾ ਸਿਸਟਮ ਹੀ ਸਾਡੇ ਸਾਰੇ ਦੇ ਹੱਥਾਂ ਵਿੱਚ ਪੜਿਆ ਹੋਇਆ, 1 ਮਿੰਟ ਤੋਂ ਪਹਿਲੇ ਫਲੈਸ਼ ਕਰ ਦਿੰਦੇ ਹਾਂ ਸਾਰੀਆਂ ਗੱਲਾਂ ਨੂੰ, ਭਾਵੇਂ ਉਹ ਸਹੀ ਹੈ ਜਾਂ ਗਲਤ ਹੈ, ਬਾਅਦ ਵਿੱਚ ਉਹ ਪੁੱਠਾ ਵੀ ਪੈ ਜਾਵੇ, ਉਹ ਗੱਲ ਵੱਖਰੀ ਹੈ, ਪਰ ਅਸੀਂ ਇਹ ਮੌਕਾ ਨਹੀਂ ਛੱਡਦੇ। ਪਰ ਗੁਰੂ ਸਾਹਿਬ ਇੰਨਾ ਕੁਝ ਕਰਕੇ ਵੀ ਕਹਿ ਰਹੇ ਨੇ ਕਿ ਹੇ ਵਾਹਿਗੁਰੂ ਸਭ ਕੁਛ ਤੁਸੀਂ ਕੀਤਾ, ਮੈਂ ਕਰਨ ਜੋਗਾ ਕਿੱਥੇ ਹਾਂ, ਮੈਂ ਕਰਨ ਜੋਗਾ ਕੌਣ ਨਾ ਵਾਂ, ਮੇਰੇ ਅੰਦਰ ਪਾਤਸ਼ਾਹ ਕਹਿ ਰਹੇ ਨੇ ਕੋਈ ਗੁਣ ਨਹੀਂ ਹੈ,
ਅਤੇ ਤੇਰਾ ਹੀ ਤਰਸ ਹੈ, ਤੇਰੀ ਦਇਆ ਕੀਤੀ, ਤਰਸ ਪਿਆ, ਮਿਹਰਾਮਤ ਹੋਈ, ਤੇਰੀ ਮਿਹਰ ਹੋਈ ਏ, ਹੇ ਵਾਹਿਗੁਰੂ ਤੂੰ ਮੇਰੇ 'ਤੇ ਤਰਸ ਕੀਤਾ, ਤੇਰਾ ਤਰਸ ਹੋਇਆ, ਤੇਰੀ ਦਇਆ ਹੋਈ ਹੈ, ਮੇਰੇ 'ਤੇ ਤੂੰ ਮਿਹਰ ਕੀਤੀ ਏ, ਤਾਂ ਇਹ ਸਭ ਕੁਛ ਹੋ ਪਗਿਆ। ਉਹ ਪਾਤਸ਼ਾਹ ਦੀ ਇੰਨਾ ਕੁਝ ਕਰਕੇ ਵੀ ਪਾਤਸ਼ਾਹ ਆਪਣੇ ਆਪ ਨੂੰ ਕਿਤੇ ਜਤਾ ਨਹੀਂ ਰਹੇ ਨੇ, ਆਪਣੇ ਆਪ ਨੂੰ ਕਿਤੇ ਜਤਾ ਨਹੀਂ ਰਹੇ ਨੇ, ਕਿਤੇ ਸ਼ੋਅ ਨਹੀਂ ਕਰ ਰਹੇ ਨੇ, ਕਿਤੇ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਰਹੇ ਨੇ। ਅਸੀਂ ਰੋਜ਼ਾਨਾ ਬਾਣੀ ਪੜ੍ਹਦੇ ਹਾਂ, ਇਸ ਬਾਣੀ ਨੂੰ ਰੋਜ਼ਾਨਾ ਪੜ੍ਹਦੇ ਹਾਂ। ਅਸੀਂ ਇੱਕ ਮੈਂ ਜਿਵੇਂ ਹੁਣ ਵੀਰ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਗੁਰਮਤਿ ਕੈਂਪ ਲਗਾਉਂਦੇ ਹਾਂ ਹਰ ਸਾਲ ਬੱਚਿਆਂ ਦੇ, ਅਤੇ ਆਮ ਤੌਰ 'ਤੇ ਬੱਚਿਆਂ ਦੇ ਸਵਾਲ ਬੜੇ ਅਲੱਗ ਅਲੱਗ ਤਰ੍ਹਾਂ ਦੇ ਆ ਜਾਂਦੇ ਨੇ, ਕਈ ਵਾਰ ਬੜੀ ਤਰ੍ਹਾਂ ਦੇ ਆ ਜਾਂਦੇ ਨੇ। ਹੁਣ ਆਪਾਂ ਆਮ ਤੌਰ 'ਤੇ ਬੱਚੇ ਨੂੰ ਕਿਸੇ ਨੂੰ ਪੁੱਛ ਲਈਏ ਵੀ ਕਿ ਜਪਜੀ ਸਾਹਿਬ ਕਿਸ ਦੀ ਰਚਨਾ ਹੈ, ਤਾਂ ਸਾਰੇ ਜਣੇ ਕਹਿਣਗੇ ਜੀ ਗੁਰੂ ਨਾਨਕ ਸਾਹਿਬ ਦੀ। ਜਾਪ ਸਾਹਿਬ ਕਿਸ ਦੀ ਰਚਨਾ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਸੁਖਮਣੀ ਸਾਹਿਬ ਕਿਹੜੇ ਪਾਤਸ਼ਾਹ ਦੀ ਹੈ? ਗੁਰੂ ਅਰਜਨ ਦੇਵ ਜੀ ਦੀ। ਰਾਜ ਸਾਹਿਬ ਕਿਹੜੇ ਪਾਤਸ਼ਾਹ ਦੀ ਬਾਣੀ ਹੈ? ਹੁਣ ਇੱਥੇ ਬ੍ਰੇਕ ਲੱਗ ਜਾਂਦੀ ਹੈ, ਅਸੀਂ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਪੰਜ ਪਾਤਸ਼ਾਹੀਆਂ ਦੇ ਰਚਨਾ ਰਾਜ ਸਾਹਿਬ ਦੇ ਵਿੱਚ ਦਰਜ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪੰਜ ਪਾਤਸ਼ਾਹੀਆਂ ਦੀ ਰਚਨਾ ਰਾਜ ਸਾਹਿਬ ਦੇ ਵਿੱਚ ਦਰਜ ਹੈ। ਸੋਹਲਾ ਸਾਹਿਬ ਦੀ ਬਾਣੀ ਵਿੱਚ ਤਿੰਨ ਗੁਰੂ ਸਾਹਿਬਾਨ ਦੀ ਬਾਣੀ ਹੈ। ਸੋ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ, ਕਿਉਂਕਿ ਸਾਡੀ ਨਿਤਨੇਮ ਦੀ ਬਾਣੀ ਹੈ। ਨਿਤਨੇਮ ਦੀਆਂ ਬਾਣੀਆਂ, ਨਿਤ ਦਾ ਮਤਲਬ ਕੀ ਹੁੰਦਾ? ਰੋਜ਼। ਨੇਮ ਰੋਜ਼ਾਨਾ ਦਾ ਤੁਹਾਡਾ ਜਿਹੜਾ ਨੇਮ ਬਣਿਆ ਹੈ, ਰੋਜ਼ਾਨਾ ਸ਼ਾਮ ਨੂੰ ਸੂਰਜ ਛੁੱਪਣ ਦੇ ਸਮੇਂ, ਜਿਵੇਂ ਵੀਰ ਜੀ ਨੇ ਜ਼ਿਕਰ ਕੀਤਾ, ਸੂਰਜ ਛੁੱਪਣ ਦੇ ਸਮੇਂ, ਕੋਈ ਫਿਕਸ ਸਮਾਂ ਨਹੀਂ ਹੈ ਕਿ ਇਹ 6 ਵਜੇ ਹੈ ਜਾਂ 7 ਵਜੇ ਹੈ ਜਾਂ 5 ਵਜੇ ਹੈ। ਸਰਦੀਆਂ ਵਿੱਚ ਸੂਰਜ 5:30-5 ਵੀ ਡੁੱਬ ਜਾਂਦਾ, ਗਰਮੀਆਂ 'ਚ 7:15 ਤੱਕ ਵੀ ਨਹੀਂ ਡੁੱਬਦਾ। ਤੋ ਜਿਸ ਵਕਤ ਸੂਰਜ ਛੁੱਪਣ ਦਾ ਸਮਾਂ, ਇਹ ਬਾਣੀ ਅਸੀਂ ਉਸ ਵੇਲੇ ਪੜ੍ਹਨੀ ਹੈ। ਔਰ ਬਾਣੀ ਨੂੰ ਪੜ੍ਹਨ ਦੇ ਲਈ ਇੱਕ ਗੱਲ ਵਾਰ ਵਾਰ ਇਹ ਗੱਲ ਆਉਂਦੀ ਹੈ, ਵਾਰ ਵਾਰ ਇਸ ਸੈਸ਼ਨ ਵਿੱਚ ਵੀ ਤੁਹਾਡੇ ਨਾਲ ਇਹ ਗੱਲ ਲਗਭਗ ਸਾਰੇ ਵੀਰ ਆ ਕੇ ਕਰਦੇ ਨੇ ਕਿ ਜਦੋਂ ਅਸੀਂ ਕੋਈ ਵੀ ਬਾਣੀ ਪੜ੍ਹ ਰਹੇ ਹਾਂ, ਇਹਨੂੰ ਜਦੋਂ ਅਸੀਂ ਵਿਚਾਰ ਦੇ ਵਿੱਚ ਲੈ ਕੇ ਆਵਾਂਗੇ, ਜਦੋਂ ਆਪਣੀ ਸਮਝ ਦੇ ਵਿੱਚ ਲੈ ਕੇ ਆਵਾਂਗੇ, ਤਾਂ ਬਾਣੀ ਪੜ੍ਹਨ ਦਾ ਆਨੰਦ ਸਾਨੂੰ ਅਲੱਗ ਹੀ ਆਏਗਾ। ਸੋ ਇਸ ਬਾਣੀ ਦੇ ਵਿੱਚ ਵੱਖ ਵੱਖ ਗੁਰੂ ਸਾਹਿਬਾਨ ਨੇ ਵੱਖ ਵੱਖ ਸਮਿਆਂ ਦੇ ਨਾਲ ਵੱਖ ਵੱਖ ਸ਼ਬਦਾਂ ਦੇ ਰਾਹੀਂ ਸਾਨੂੰ ਜਿਹੜੀਆਂ ਸੋਝੀਆਂ ਬਖਸ਼ੀਆਂ ਨੇ, ਜਿਹੜੇ ਉਪਦੇਸ਼ ਦਿੱਤੇ ਨੇ, ਜਿਹੜੀਆਂ ਸਿੱਖਿਆਵਾਂ ਦਿੱਤੀਆਂ ਨੇ, ਉਹ ਅਸੀਂ ਸਾਰਿਆਂ ਨੇ ਆਪਣੇ ਹਿਰਦੇ ਵਿੱਚ ਵਸਾਉਣੀਆਂ ਨੇ। ਬਾਣੀ ਨੂੰ ਰੋਜ਼ ਪੜ੍ਹਨ ਦਾ ਮਤਲਬ ਹੀ ਹੈ ਕਿ ਇਹਦੇ ਵਿੱਚ ਪਾਤਸ਼ਾਹ ਸਾਨੂੰ ਕੋਈ ਵਿਸ਼ੇਸ਼ ਗੱਲ ਸਮਝਾਉਣੀ ਚਾਹੁੰਦੇ ਨੇ। ਵੱਖਰੇ ਵੱਖਰੇ ਰਾਗਾਂ ਵਿੱਚੋਂ ਜਿਹੜੇ ਸ਼ਬਦ ਕੱਢ ਕੇ ਪਾਤਸ਼ਾਹ ਨੇ ਸਾਨੂੰ ਅਲੱਗ ਕਰਕੇ ਚੁਣ ਕੇ ਦਿੱਤੇ ਨੇ, ਅਤੇ ਇਹ ਹਦਾਇਤ ਕੀਤੀ ਹੈ ਕਿ ਇਹ ਸ਼ਬਦ ਹਰ ਸਿੱਖ ਨੇ ਰੋਜ਼ ਪੜ੍ਹਨੇ ਨੇ, ਅਤੇ ਇਹਦਾ ਮਤਲਬ ਇਹਨਾਂ ਸ਼ਬਦਾਂ ਦੇ ਰਾਹੀਂ ਪਾਤਸ਼ਾਹ ਸਾਨੂੰ ਕੋਈ ਵਿਸ਼ੇਸ਼ ਸੋਝੀ ਬਖਸ਼ਣਾ ਚਾਹੁੰਦੇ ਨੇ, ਅਤੇ ਅਸੀਂ ਕਿਤੇ ਉਹਦੇ ਤੋਂ ਮਹਿਰੂਮ ਨਾ ਹੋਈਏ। ਇਸ ਕਰਕੇ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਤੁਸੀਂ ਵਡਭਾਗੀ ਹੋ ਜੋ ਇਸ ਸੈਸ਼ਨ ਦੇ ਵਿੱਚ ਇੱਥੇ ਆ ਕੇ ਆਪਣੇ ਆਪ ਨੂੰ ਇਸ ਵਿਚਾਰ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹੋ, ਇਹ ਬਹੁਤ ਵੱਡੀ ਗੱਲ ਹੈ। ਨਹੀਂ ਤਾਂ ਕਿੰਨੀ ਵੱਡੀ ਸੰਗਤ ਹੈ ਅਤੇ ਇੱਥੇ ਕਿੰਨੇ ਕੁ ਨੇ, ਪਰ ਤੁਸੀਂ ਜਿੰਨੇ ਵੀ ਹੋ ਸਾਰੇ ਮੁਬਾਰਕ ਦੇ ਹੱਕਦਾਰ ਹੋ, ਤੁਸੀਂ ਇਸ ਵਿਚਾਰ ਨਾਲ ਜੁੜੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪਣੀ ਸਾਂਝ ਨੂੰ ਵਧਾ ਰਹੇ ਹੋ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਆਪਣੀ ਸਾਂਝ ਨੂੰ ਤੁਸੀਂ ਵਧਾਉਂਦੇ ਰਹੋ। ਇਹ ਸਾਰਿਆਂ ਦੇ ਲਈ, ਤੁਹਾਡਿਆਂ ਦੇ ਲਈ ਬੜਾ ਵਧੀਆ ਮੌਕਾ, ਬੜਾ ਵਧੀਆ ਇੱਕ ਉਪਰਾਲਾ ਜੋ ਇੱਥੇ ਗੁਰਮਤਿ ਕਾਲਜ ਵੱਲੋਂ ਪਿਛਲੇ ਲਗਭਗ 13 ਸਾਲ ਤੋਂ ਕੀਤਾ ਜਾ ਰਿਹਾ, ਸਰਦਾਰ ਹਰਿੰਦਰਪਾਲ ਸਿੰਘ ਜੀ ਦਾ ਬਹੁਤ ਵਧੀਆ ਉਪਰਾਲਾ, ਔਰ ਇਸ ਉਪਰਾਲੇ ਦੇ ਤੁਸੀਂ ਅੱਜ ਰਾਹੀ ਬਣੇ ਹੋ, ਤੁਸੀਂ ਬੜੇ ਭਾਗਾਂ ਵਾਲੇ ਹੋ। ਸਾਰਿਆਂ ਨੂੰ ਇੱਕ ਵਾਰ ਤੁਹਾਨੂੰ ਇਹ ਮੁਬਾਰਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰ ਹਰਪਾਲ ਸਿੰਘ ਜੀ। ਰਾਜ ਸਾਹਿਬ 'ਤੇ ਗੱਲ ਹੋ ਰਹੀ ਸੀ, ਰਾਜ ਸਾਹਿਬ ਦਾ ਦੀਵਾਨ ਸਜਦਾ ਹੈ, ਔਰ ਗੁਰੂ ਨਾਨਕ ਨਾਮ ਲੇਵਾ ਦੀਵਾਨ ਵਿੱਚ ਹਾਜ਼ਰ ਹੋ ਕੇ ਸੁਣਦੇ ਨੇ। ਸੋ ਸਿੱਖਾਂ ਦੀ ਇਹ ਮਰਿਆਦਾ ਸ਼ਖਸੀ ਵੀ ਹੈ ਅਤੇ ਸੰਗਤੀ ਵੀ ਹੈ, ਇਹ ਗੱਲ ਧਿਆਨ ਹੈ। ਬਾਕੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਸੋਦਰ ਦੀ ਜਿਹੜੀ ਪਾਠ ਹੈ, ਇਹ ਗੁਰੂ ਗ੍ਰੰਥ ਸਾਹਿਬ ਵਿੱਚ 3 ਥਾਵਾਂ 'ਤੇ ਆਉਂਦਾ, ਇਹਦਾ ਜ਼ਿਕਰ ਹੋ ਗਿਆ। ਅਗਰ ਬੜੇ ਛੋਟੇ ਸ਼ਬਦਾਂ ਵਿੱਚ ਪੂਰੇ ਰਾਜ ਸਾਹਿਬ ਦੀ ਗੱਲ ਕਰੀਏ, ਪਹਿਲਾਂ ਸਵਾਲ ਕੀਤਾ ਗਿਆ ਵਟ ਇਜ਼ ਗੋਡ ਐਂਡ ਪ੍ਰੇਜ਼ ਆਫ ਗੋਡ ਹੈ,
ਬੜਾ ਵੱਡਾ ਇੱਕ ਭਾਈ ਪਰਮਾਤਮਾ ਕਿੱਥੇ ਰਹਿੰਦਾ, ਉਹਦਾ ਦਰ ਕਿੱਥੇ ਹੈ, ਉਹ ਦਰ ਕੈਸਾ ਹੈ, ਉਹਦੇ ਘਰ ਦਾ ਰਸਤਾ ਕਿਹੜਾ, ਉਸ ਤੱਕ ਪਹੁੰਚਣ ਦਾ ਦਰਵਾਜ਼ਾ ਕਿਹੜਾ, ਔਰ ਫਿਰ ਜਵਾਬ ਵੀ ਦੇ ਦਿੱਤਾ ਗਿਆ। ਕ੍ਰਿਸਚੈਨਿਟੀ ਵਿੱਚ ਆਉਂਦਾ ਯੂ ਨੋਕ ਦਾ ਡੋਰ ਐਂਡ ਡੋਰ ਵਿਲ ਓਪਨ, ਲੇਕਿਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਦਰਵਾਜ਼ਾ ਤਾਂ ਖੁੱਲ੍ਹਾ, ਤੁਹਾਨੂੰ ਉਹ ਅੱਖਾਂ ਚਾਹੀਦੀਆਂ ਨੇ ਉਸ ਦਰਵਾਜ਼ੇ ਨੂੰ ਵੇਖਣ ਲਈ। ਅਤੇ ਉਹਦਾ ਜਵਾਬ ਜਿਹੜਾ ਉਹ ਇਹ ਕਹਿੰਦੇ ਨੇ ਕਿ ਪਰਮਾਤਮਾ ਦਾ ਨਿਵਾਸ ਇਸ ਕੁਦਰਤ ਵਿੱਚ ਹੈ, ਬਲਿਹਾਰੀ ਕੁਦਰਤ ਵਸਿਆ। ਇਹ ਪੰਛੀ, ਇਹ ਪਰਿੰਦੇ, ਬਨਸਪਤੀ, ਇਹ ਸਾਰੀ ਮਨੁੱਖਤਾ, ਇਹ ਉਸ ਪਰਮਾਤਮਾ ਦੀ ਲਾਈਵ ਫੋਰਮ ਹੈ। ਤੂੰ ਇਹਦੇ ਵਿੱਚ ਪਰਮਾਤਮਾ ਨੂੰ ਦੇਖ, ਤੂੰ ਇਹਦੇ ਵਿੱਚ ਪਰਮਾਤਮਾ ਦਾ ਘਰ ਦੇਖ, ਦਰਵਾਜ਼ਾ ਦੇਖ। ਔਰ ਫਿਰ ਬੜੀਆਂ ਖੂਬਸੂਰਤ ਜਿਹੜੀਆਂ ਇਹਦੇ ਵਿੱਚ ਅੱਖਾਂ ਜੀਵਾਂ, ਵਿਸਰੇ ਮਰ ਜਾਓ। ਕਿਤੇ ਬਹਿਸ ਹੋ ਰਹੀ ਸੀ, ਕਿਸੇ ਨੇ ਕਹਿ ਦਿੱਤਾ ਬਈ ਬੰਦਾ ਕੋਈ ਮਰ ਗਿਆ, ਉਹਨੂੰ ਗੁਰੂ ਨੇ ਜਵਾ ਦਿੱਤਾ। ਅਤੇ ਸੰਗਤ 'ਚ ਕੋਈ ਲੜ ਰਿਹਾ ਸੀ, ਇਹ ਕੀ ਹੋ ਸਕਦਾ, ਇਜ਼ ਇਟ ਪੋਸੀਬਲ, ਇਹ ਦੇਖੋ ਕੀ ਕਰਮ ਕਾਂਡਾਂ ਦੀਆਂ ਗੱਲਾਂ ਕਰਦਾ। ਮੈਨੂੰ ਸਵਾਲ ਪੁੱਛਿਆ ਗਿਆ, ਮੈਂ ਕਿਹਾ ਹਾਂ, ਗੁਰੂ ਜਵਾ ਸਕਦਾ। ਰੋਜ਼ ਰਾਸ ਸਾਹਿਬ ਪੜ੍ਹਦੇ ਹੋ ਨਾ, ਅੱਖਾਂ ਜੀਵਾਂ, ਜਿਹੜਾ ਪਰਮਾਤਮਾ ਨੂੰ ਯਾਦ ਰੱਖੇਗਾ, ਜਿਹੜਾ ਪਰਮਾਤਮਾ ਦਾ ਨਾਮ ਲਏਗਾ, ਜਿੰਦਾ ਉਹ ਹੈ। ਜਿਹੜਾ ਪਰਮਾਤਮਾ ਨੂੰ ਵਿਸਾਰਦਾ, ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਜਿੰਦੇ ਜੀ ਕਬਰਾਂ ਨੇ। ਔਰ ਫਿਰ ਕਾਹੇ ਰੇਵਨ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੇ। ਪੱਥਰਾਂ ਵਿੱਚ ਵੀ ਜੰਤੂ ਪਰਮਾਤਮਾ ਨੇ ਪੈਦਾ ਕੀਤਾ, ਔਰ ਉਹਦਾ ਰਿਜ਼ਕ ਵੀ ਪੱਥਰਾਂ 'ਚ ਪੈਦਾ ਕੀਤਾ ਹੈ। ਸੁਨੇਹਾ ਇਹ ਹੈ ਕਿ ਇਸ ਪੂਰੇ ਕਾਇਨਾਤ ਦੇ ਵਿੱਚ ਹਰ ਇੱਕ ਦੀਆਂ ਨੀਡਸ ਨੇ, ਔਰ ਅੱਜ ਅਗਰ ਇਹ ਜਿਹੜਾ ਆਪਸੀ ਟਕਰਾਵ ਹੈ, ਵੈਰ ਹੈ, ਵਿਰੋਧ ਹੈ, ਇਹ ਡਿਜ਼ਾਇਰ ਕਰਕੇ ਹੈ। ਜੇ ਨੀਡ ਤੱਕ ਇਨਸਾਨ ਆਪਣੇ ਆਪ ਨੂੰ ਮਹਿਫੂਜ਼ ਰੱਖੇ, ਤਾਂ ਇਤਨੀਆਂ ਨਿਆਮਤਾਂ ਇਸ ਪਰਮਾਤਮਾ ਦੀਆਂ ਇਸ ਕੁਦਰਤ ਵਿੱਚ ਪਈਆਂ ਨੇ, ਇਤਨੀਆਂ ਨਿਆਮਤਾਂ ਕਦੀ ਨਾ ਖਤਮ ਹੋਣ ਵਾਲੀਆਂ। ਪਰ ਅੱਜ ਜਿਤਨੀ ਇਹ ਅਸੀਂ ਦੇਖ ਰਹੇ ਹਾਂ ਸਾਰਾ ਅਨਰੈਸਟ, ਕਿੱਥੇ ਨਾ ਕਿੱਥੇ ਉਹਦਾ ਕਾਰਨ ਇਹੀ ਹੈ ਕਿ ਅਸੀਂ ਉਹ ਨੀਡਸ ਨਹੀਂ, ਡਿਜ਼ਾਇਰਸ ਵੱਲ ਜ਼ਿਆਦਾ ਚਲੇ ਗਿਆ। ਪਰਮਾਤਮਾ ਦੀ ਸਰਵ ਵਿਆਪਕਤਾ ਦੀ ਗੱਲ ਹੈ। ਔਰ ਫਿਰ ਨਾਲ ਇਹ ਵੀ ਕਹਿਤਾ ਕਿ ਜੋ ਕੁਛ ਵੀ ਕਾਇਨਾਤ ਦੇ ਵਿੱਚ ਹੋ ਰਿਹਾ, ਦੁੱਖ ਸੁੱਖ, ਉਹ ਸਭ ਤੇਰੇ ਹੁਕਮ ਰਾਹੀਂ ਹੋ ਰਿਹਾ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਹੁਣ ਮੁੰਦਾਮਨੀ ਦੀ ਗੱਲ ਜਿਹੜੀ ਵੀਰ ਜੀ ਨੇ ਕੀਤੀ, ਮੈਂ ਓਸ਼ੋ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦਾ ਕਿ ਧਰਮ ਜੋ ਹੈ ਉਹ ਜ਼ਬਾਨ ਤੱਕ ਮਤ ਰੱਖੋ, ਅੰਦਰ ਲੈ ਕੇ ਜਾਓ, ਰਗੋਂ ਮੇਂ ਲੈ ਕੇ ਜਾਓ। ਤਾਂ ਫਿਰ ਮੈਨੂੰ ਉਹ ਮੁੰਦਾਮਨੀ ਯਾਦ ਆ ਗਈ ਨਾ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ, ਸੰਤੋਖ ਅਤੇ ਵਿਚਾਰ। ਇੱਥੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਤੀ ਵੀ ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਥਾਲ ਵਿੱਚ ਜਿਹੜਾ ਪੂਰਾ ਗੁਰੂ ਗ੍ਰੰਥ ਸਾਹਿਬ ਰੂਪੀ ਜਿਹੜਾ ਥਾਲ ਹੈ, ਉਹਦੇ 'ਚ ਤਿੰਨ ਵਸਤੂਆਂ ਕਰਕਸ ਰੱਖ ਦਿੱਤਾ ਧਰਮ ਦਾ, ਸੱਤ, ਸੰਤੋਖ ਅਤੇ ਵਿਚਾਰ। ਫਿਰ ਕੀ ਕਹਿ ਰਹੇ ਨੇ, ਜੇ ਕੋ ਖਾਵੇ ਜੇ ਕੋ ਪੂੰਚੇ, ਖਾਣਾ ਖਾਂਦੇ ਹਾਂ, ਅੰਦਰ ਜਾਂਦਾ, ਡਾਈਜੈਸਟ ਹੁੰਦਾ, ਫਿਰ ਸਾਡਾ ਉਹਦਾ ਖੂਨ ਬਣਦਾ, ਉਹ ਸਾਡੀ ਰਗਾਂ 'ਚ ਜਾਂਦਾ। ਇਸੇ ਤਰ੍ਹਾਂ ਗੁਰੂ ਸਾਹਿਬ ਤੁਹਾਨੂੰ ਇਸ਼ਾਰਾ ਦੇ ਰਹੇ ਨੇ ਕਿ ਸੱਤ, ਸੰਤੋਖ ਅਤੇ ਵਿਚਾਰ ਜਿਹੜਾ ਧਰਮ ਦਾ ਕਰਕਸ ਹੈ, ਐਸੈਂਸ ਹੈ, ਉਹਨੂੰ ਅੰਦਰ ਤੱਕ ਲਿਜਾਓ, ਫਿਰ ਉਸਨੂੰ ਹਜ਼ਮ ਕਰੋ, ਡਾਈਜੈਸਟ ਕਰੋ, ਫਿਰ ਤੁਹਾਡੀ ਰਗਾਂ ਦੇ ਵਿੱਚ ਜਾਏਗਾ, ਖੂਨ ਬਣੇਗਾ ਧਰਮ। ਔਰ ਧਰਮੀ ਪੁਰਖ ਹੋਇਆ ਜਿਹਦੀ ਰਗਾਂ ਦੇ ਵਿੱਚ ਇਹ ਧਰਮ ਆ ਜਾਏਗਾ। ਤਾਂ ਇਹ ਸਪਿਰਚੁਅਲ ਬਣਨ ਦੀ ਗੱਲ ਕਰ ਰਹੇ ਨੇ, ਪੂਰਨ ਮਨੁੱਖ ਬਣਨ ਦੀ ਗੱਲ ਕਰ ਰਹੇ ਨੇ। ਫਿਰ ਉਹ ਜਿਹੜਾ ਲਾਸਟ ਵਿੱਚ ਗ੍ਰੈਟੀਚੂਡ, ਤੇਰਾ ਕੀਤਾ ਜਾਂ ਤੋਂ, ਇਹ ਗ੍ਰੈਟੀਚੂਡ ਦੱਸਿਆ, ਇਹ ਸ਼ੁਕਰਾਨਾ ਕਰ ਰਹੇ ਨੇ ਕਿ ਤੇਰਾ ਕੀਤਾ ਜਾਂ ਤੋਂ ਨਾ ਹੀ ਮੈਨੂੰ ਜੋਗ ਕਿਤੋਂ ਹੀ ਮੈਂ ਨਿਰਗੁਣ ਆ ਰਹੇ। ਤਾਂ ਇਹ ਰਾਜ ਸਾਹਿਬ ਦਾ ਸਾਰਾ ਜੋ ਹੈ, ਥੋੜ੍ਹੇ ਲਫਜ਼ਾਂ ਦੇ ਵਿੱਚ ਜੇ ਇਸ ਨੂੰ ਸਮਝਿਆ ਜਾਵੇ। ਤਾਂ ਇਹ ਲੈਕਚਰ ਇੱਥੇ ਹੀ ਖਤਮ ਹੈ ਜੀ, ਹੁਣ ਸਾਡਾ ਟੀ ਬ੍ਰੇਕ ਹੈ।